ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਆਪਾਂ ਸਾਂਝੀ ਕਰਨੀ ਹੈ। ਕਰੋ ਰਸਨਾ ਪਵਿੱਤਰ ਅਤੇ ਕੋਈ ਰਸਨਾ ਖਾਲੀ ਨਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਰਗਿਲ ਧਰ ਪਾਤਸ਼ਾਹ ਸਰਬੰਸ ਦਾਨੀ ਮਹਾਬਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਾ ਆਪ ਜੀ ਨੂੰ ਸਰਬ ਸੰਗਤ ਗੁਰੂ ਨਾਨਕ ਲੇਵਾ ਗੁਰਸਿੱਖ ਸਾਰਿਆਂ ਨੂੰ ਜਿਹੜਾ ਹੈ ਬਹੁਤ ਬਹੁਤ ਵਧਾਈਆਂ ਹੋਣ, ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵਿਚਿੱਤਰ ਨਾਟਕ ਵਿੱਚ ਆਪ ਫੁਰਮਾਨ ਕੀਤਾ ਹੈ ਕਿ ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਦੁਨੀਆ ਨੂੰ ਕਿ ਅਸੀਂ ਇਹ ਕਾਰਜ ਵਾਸਤੇ ਇਹ ਦੁਨੀਆ 'ਤੇ ਆਏ ਹਾਂ ਕਿ ਧਰਮ ਨੂੰ ਕਾਇਮ ਕਰਨਾ ਹੈ। ਭਾਵੇਂ ਧਰਮ ਦੇ ਨਾਂ 'ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਧਰਮ ਨੂੰ ਵਰਤਿਆ ਜਾ ਰਿਹਾ ਹੈ, ਝਗੜੇ ਪਾਉਣ ਵਾਸਤੇ, ਲੜਾਈਆਂ ਪਾਉਣ ਵਾਸਤੇ ਕੀ ਕੁਝ ਹੋ ਰਿਹਾ ਹੈ। ਉਹ ਸਮਿਆਂ ਦੇ ਵਿੱਚ ਵੀ ਐਸਾ ਹੋਇਆ ਕਰਦਾ ਸੀ, ਮਨੁੱਖਤਾ ਨੂੰ ਤੰਗ ਕੀਤਾ ਜਾ ਰਿਹਾ ਸੀ। ਜਿੱਥੇ ਧਰਮ ਨੇ ਸੁੱਖ ਦੇਣਾ ਸੀ ਉਹੀ ਦੁੱਖ ਦਾ ਕਾਰਨ ਬਣਦਾ ਜਾ ਰਿਹਾ ਸੀ। ਗੁਰੂ ਕਲਗੀਧਰ ਪਾਤਸ਼ਾਹ ਇਸ ਸੰਸਾਰ 'ਤੇ ਆਏ ਧਰਮ ਨੂੰ ਸਹੀ ਮਾਇਨਾ ਦੇਣ ਵਾਸਤੇ, ਇਨਸਾਨਾਂ ਨੂੰ ਸਹੀ ਤਰ੍ਹਾਂ ਦੇ ਨਾਲ ਧਰਮੀ ਬਣਾਉਣ ਵਾਸਤੇ। ਧਰਮ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸੱਚ ਦੇ ਤਕੜੀ 'ਤੇ ਤੋਲ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਸੱਚ ਉੱਤੇ ਟਿਕਣ ਦੀ ਜਿਹੜੀ ਸ਼ਕਤੀ ਵੀ ਬਖਸ਼ਿਸ਼ ਕੀਤੀ। ਸਤਿਗੁਰ ਦਾ ਬਚਨ ਹੈ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਕਹਿੰਦੇ ਪਰਮੇਸ਼ਰ ਦਾ ਇਹੀ ਹੁਕਮ ਹੈ ਕਿ ਜਿੱਥੇ ਕਿਤੇ ਵੀ ਅਸੀਂ ਜਾਵਾਂਗੇ ਧਰਮ ਦਾ ਵਿਸਥਾਰ ਅਸੀਂ ਕਰਨਾ ਹੈ। ਦੁਸ਼ਟ ਦੋਖਿਅਨ ਕੋ ਪਕੜ ਪਛਾੜੋ, ਕਹਿਣਗੇ ਉਹਨਾਂ ਨੂੰ ਪਕੜ ਕੇ ਅਸੀਂ ਪਛਾੜਨਾ ਹੈ। ਜੋ ਧਰਮ ਦੇ ਨਾਂ 'ਤੇ ਜ਼ੁਲਮ ਕਰਨਗੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਦੇਖੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਨਾਂ 'ਤੇ ਜੋ ਵੀ ਕੋਈ ਭੈੜੇ ਕਾਰਜ ਕਰਦੇ ਨੇ ਉਹਨਾਂ ਨੂੰ ਮਹਾਰਾਜ ਨੇ ਕਦੇ ਵੀ ਬਖਸ਼ਿਆ ਨਹੀਂ, ਭਾਵੇਂ ਉਹ ਗੁਰੂ ਘਰ ਦੇ ਮਸੰਦ ਹੀ ਕਿਉਂ ਨਾ ਹੋਣ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹ ਮਸੰਦਾਂ ਨੂੰ ਵੀ ਬਖਸ਼ਿਆ ਕੋਈ ਨਹੀਂ ਜਿਨ੍ਹਾਂ ਨੇ ਗੁਰਸਿੱਖਾਂ ਨੂੰ ਤੰਗ ਕੀਤਾ। ਗੁਰੂ ਨਾਨਕ ਲੇਵਾ ਸਿੱਖ ਸੰਗਤ ਨੂੰ ਜਿਹੜਾ ਹੈ ਗੁਰੂ ਦੇ ਨਾਂ 'ਤੇ ਤੰਗ ਕੀਤਾ, ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਬਖਸ਼ਿਆ ਕੋਈ ਨਹੀਂ ਹੈਗਾ। ਸਤਿਗੁਰੂ ਕਹਿੰਦੇ ਹਨ ਕਿ ਅਸੀਂ ਇਸ ਸੰਸਾਰ 'ਤੇ ਆ ਕੇ ਯਹੀ ਕਾਜ ਧਰਾ ਹਮ ਜਨਮੰਗ, ਇਹ ਕਾਰਜ ਵਾਸਤੇ ਅਸੀਂ ਇਸ ਸੰਸਾਰ 'ਤੇ ਜਨਮ ਨੂੰ ਧਾਰ ਕੇ ਆਏ ਹਾਂ। ਭਾਵੇਂ ਉਹ ਨਿਰਗੁਣ ਸਰੂਪ ਨੇ, ਉਹ ਪਰਮੇਸ਼ਰ ਰੂਪ ਨੇ। ਕਹਿਣਗੇ ਇਹ ਸਰੀਰ ਵਿੱਚ ਆਉਣ ਦੀ ਸਾਨੂੰ ਕੀ ਲੋੜ ਪੈ ਗਈ? ਕਹਿੰਦੇ ਲੋੜ ਬਸ ਇਹੀ ਸੀ ਕਿ ਯਹੀ ਕਾਜ ਧਰਾ ਹਮ ਜਨਮੰਗ, ਅਸੀਂ ਇਹ ਕਾਰਜ ਵਾਸਤੇ ਜਨਮ ਲਿਆ ਹੈ। ਸਮਝ ਲਿਓ ਸਾਧੂ ਸਭ ਮਨਮੰਗ, ਕਹਿਣ ਲੱਗੇ ਸਾਧੂ ਲੋਕੋ ਤੁਸੀਂ ਵੀ ਸਮਝ ਲਿਓ ਅਤੇ ਮਨਮਤ ਕਰਨ ਵਾਲਿਓ, ਤੁਸੀਂ ਵੀ ਇਹ ਗੱਲ ਨੂੰ ਜਾਣਨਾ ਕਰ ਲਿਓ। ਧਰਮ ਚਲਾਵਣ ਸੰਤ ਉਭਾਰਨ, ਅਸੀਂ ਧਰਮ ਨੂੰ ਚਲਾਉਣਾ ਹੈ, ਕੇਵਲ ਅਤੇ ਕੇਵਲ ਉਹ ਧਰਮ ਅਕਾਲੀ ਧਰਮ ਨੂੰ ਚਲਾਉਣਾ ਹੈ। ਉਹ ਅਕਾਲ ਪੁਰਖ ਦੀ ਸੱਚੀ ਪੂਜਾ ਅਸੀਂ ਕਰਨੀ ਹੈ ਅਤੇ ਕਰਾਉਣੀ ਹੈ, ਇਹ ਤੋਂ ਵੱਧ ਘੱਟ ਕੁਛ ਨਹੀਂ ਕਰਨਾ ਅਸੀਂ। ਜੇ ਦੁਨੀਆਂ ਨੂੰ ਜੋੜਨਾ ਹੈ ਤਾਂ ਉਹ ਅਕਾਲ ਪੁਰਖ ਨਾਲ ਜੋੜਨਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਹਨ ਦੁਸ਼ਟ ਸਬਣ ਕੋ ਮੂਲ ਉਪਾਰਨ, ਕਹਿਣਗੇ ਮੂਲ ਤੋਂ ਹੀ ਜੜ੍ਹਾਂ ਤੋਂ ਖਿੱਚ ਜਿਹੜਾ ਹਨ ਪੁੱਟ ਕੇ ਖਿੱਚ ਕੇ ਸੁੱਟ ਦਿਆਂਗੇ। ਲੰਮੇ ਜੱਟਪੁਰੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਰਵਣ ਕੀਤੀਆਂ ਮਾਹੀ ਤੋਂ, ਤਾਂ ਮਹਾਰਾਜ ਨੇ ਸੱਚ ਮੁੱਚ ਜਿਹੜੀਆਂ ਹਨ ਉਹੀ ਜੜ੍ਹਾਂ ਪੁੱਟ ਕਰਕੇ ਸੁੱਟ ਦਿੱਤੀਆਂ ਮੁਗਲ ਹਕੂਮਤ ਦੀਆਂ, ਜਿਨ੍ਹਾਂ ਨੂੰ ਅੱਜ ਤੱਕ ਉਹਨਾਂ ਨੂੰ ਕੋਈ ਜੋੜ ਨਹੀਂ ਸਕਿਆ। ਇੱਕ ਵਾਰ ਜਦੋਂ ਜੜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੱਥੋਂ ਪੁੱਟੀ ਜਾਂਦੀ ਹੈ ਉਹ ਕਿਤੇ ਹਰੀ ਨਹੀਂ ਹੁੰਦੀ। ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਲਾਇਆ ਬੂਟਾ ਜੇ ਅਗਰ ਸਾਰੀ ਦੁਨੀਆ ਵੀ ਪੁੱਟਣਾ ਚਾਹੇ ਉਹਨੂੰ ਕੋਈ ਸੁਕਾ ਨਹੀਂ ਸਕਦਾ। ਗੁਰਸਿੱਖ ਉਸ ਵੇਲੇ ਵੀ ਉਹਨਾਂ ਨੇ ਸਰਵਾਈਵ ਕੀਤਾ, ਉਸ ਵੇਲੇ ਵੀ ਚੜ੍ਹਦੀਆਂ ਕਲਾਂ ਵਿੱਚ ਰਹੇ,
ਜਦੋਂ ਸਿਰਾਂ ਦੇ ਮੁੱਲ ਪੈ ਰਹੇ ਸਨ। ਬੋਤਾ ਸਿੰਘ, ਗਰਜਾ ਸਿੰਘ ਦੋ ਸਿੱਖ ਰਹਿ ਗਏ ਸਨ। ਮੁਗਲ ਕਹਿੰਦੇ ਸਨ ਮਕਾਤਾ ਖਾਲਸਾ ਹੋਣਾ ਸੀ, ਉਹ ਵੀ ਗੁਰਸਿੱਖਾਂ ਨੇ ਸ਼ਹੀਦੀਆਂ ਪਾ ਕੇ ਸੰਦੇਸ਼ ਇਹੀ ਦਿੱਤਾ, ਦੱਸ ਦਿਓ ਜਾ ਕੇ ਖਾਲਸਾ ਕਿਤੇ ਖਤਮ ਨਹੀਂ ਹੋਣ ਵਾਲਾ। ਕਿਉਂਕਿ ਅੱਜ ਤੱਕ ਸਾਰੀ ਦੁਨੀਆ ਦੀ ਹਿਸਟਰੀ ਇਹ ਦੱਸਦੀ ਹੈ ਜਿਨ੍ਹਾਂ ਨੇ ਖਾਲਸੇ ਨੂੰ ਖਤਮ ਕਰਨਾ ਚਾਹਿਆ ਉਹ ਆਪੇ ਖਤਮ ਹੋ ਗਏ, ਪਰ ਇਸ ਬੂਟੇ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਗਮ ਦਿਹਾੜੇ ਦੀ, ਪ੍ਰਕਾਸ਼ ਪੁਰਬ ਦੀ ਆਪ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਕਲਗੀਧਰ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗਰੀਬਾਂ ਦੇ ਵਾਲੀ ਨੇ, ਦੀਨਾਂ ਦੇ ਦਿਆਲੂ ਨੇ। ਸਤਿਗੁਰੂ ਜੀ ਨੇ ਲਤਾੜੇ ਜਾਂਦੇ, ਧੱਕੇ ਜਾ ਰਹੇ ਉਹ ਇਨਸਾਨਾਂ ਗਰੀਬਾਂ ਸਾਡੀਆਂ ਬਾਹਾਂ ਗੁਰੂ ਗੋਬਿੰਦ ਸਿੰਘ ਨੇ ਫੜੀਆਂ ਹਨ। ਅੱਜ ਜੇ ਸੰਸਾਰ ਦੇ ਉੱਤੇ ਕੋਈ ਜਸਟਿਸ ਹੈ, ਕੋਈ ਲੋ ਹੈ, ਇਹ ਬਦੌਲਤ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ, ਗੁਰੂ ਅਰਜਨ ਦੇਵ ਜੀ ਸ਼ਹੀਦੀ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ, ਬਦੌਲਤ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ। ਕਿਉਂਕਿ ਗੁਰੂ ਮਹਾਰਾਜ ਨੇ ਸੱਚ ਨੂੰ ਅਹਿਮੀਅਤ ਹੀ ਨਹੀਂ ਦਿੱਤੀ, ਸੱਚ ਨੂੰ ਜੀਵਨ ਦਾ ਗਾਡੀ ਰਾਹ ਬਣਾਇਆ। ਸੱਚ ਬੋਲਣ ਦੀ ਹਿੰਮਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ, ਸੱਚ ਨਾਲ ਜੁੜਨ ਦਾ ਗਾਡੀ ਰਾਹ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ ਹੈ। ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਹੀ ਨੇ ਇਕੱਲੇ ਜੋ ਇਹ ਕਾਰਜ ਉਹ ਕਰਦੇ ਨੇ, ਕਰ ਸਕਦੇ ਨੇ। ਤੇ ਯੋਧੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ, 10 ਲੱਖ ਦੀ ਫੌਜ ਔਰੰਗਜ਼ੈਬ ਨੇ ਭੇਜੀ ਹੈ, ਚਮਕੌਰ ਦੀ ਗੜੀ ਨੂੰ ਘੇਰਿਆ, ਅਨੰਦਪੁਰ ਸਾਹਿਬ ਤੋਂ ਜਿਹੜਾ ਹੈ ਉੱਥੋਂ ਵੀ ਫੌਜ ਆਈ 5 ਲੱਖ ਤੋਂ ਵੱਧ। ਇਟ ਵਾਸ ਇਕੁਅਲਨ ਟੂ 1.5 ਮਿਲੀਅਨ ਫੌਜ ਮਿਨੀਮਮ, ਜਿਹਨਾਂ ਨੇ ਆ ਕੇ ਚਮਕੌਰ ਦੀ ਗੜੀ ਨੂੰ ਘੇਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜ੍ਹੇ ਹਨ 40 ਗੁਰਸਿੱਖਾਂ ਦੇ ਨਾਲ। ਸਿੱਖਾਂ ਨੂੰ, ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕੀ ਹੁਕਮ ਹੈ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮਿਆਨ ਤੋਂ ਸ੍ਰੀ ਸਾਹਿਬ ਨੂੰ ਸਜਾਇਆ, ਉੱਚੀਆਂ ਕਰਕੇ ਕਹਿਣ ਲੱਗੇ ਖਾਲਸਾ ਜੀ 1.25 ਲੱਖ ਸੇ ਏਕ ਲੜਾਊਂ, ਅੱਜ ਸਮਾਂ ਆ ਗਿਆ ਖਾਲਸਾ ਜੀ, ਚਲੋ ਆਪਾਂ ਪਿੱਛੇ ਤਾਂ ਹਟਣੇ, ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ। ਅਰਦਾਸ ਕਲਗੀਧਰ ਪਾਤਸ਼ਾਹ ਜੀ ਨੇ ਆਪ ਕੀਤੀ, ਅਕਾਲ ਪੁਰਖ ਦੀ ਨੂੰ ਬੇਨਤੀ ਇਹ ਕੀਤੀ, ਹੇ ਅਕਾਲ ਪੁਰਖ, ਹੇ ਨਿਰਗੁਣ ਸਰੂਪ ਪਰਮੇਸ਼ਰ, ਅੱਜ ਹਿੰਮਤ ਦੇ ਦਿਓ ਆਪਣੇ ਖਾਲਸੇ, ਅੱਜ ਇਹ ਦਰਸਾਉਣਾ ਹੈ ਦੁਨੀਆ ਨੂੰ ਕਿ ਜਬਰ ਭਾਵੇਂ ਕਿੰਨਾ ਵੀ ਤਕੜਾ ਹੋਵੇ, ਸੱਚ ਉਹਦੇ ਨਾਲੋਂ ਕਿੰਨੇ ਗੁਣਾ ਹੋਰ ਤਕੜਾ ਹੁੰਦਾ ਹੈ। ਸੱਚ ਦੀ ਸ਼ਕਤੀ ਨੂੰ ਪ੍ਰਗਟ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਜਾਏ, ਕਹਿੰਦੇ ਹਨ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਦੀ ਨੂੰ ਪ੍ਰਗਟ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਕਤੀ ਨੂੰ ਪ੍ਰਗਟ ਕੀਤਾ ਹੈ। ਜਿਹੜੀ ਸ਼ਕਤੀ ਦੀਆਂ ਗੱਲਾਂ ਆਪਾਂ ਸੁਣੀਆਂ ਜ਼ਰੂਰ ਹਾਂ, ਪਰ ਜੇ ਦਿਖਾਈਆਂ ਹਨ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿਖਾਈਆਂ ਹਨ। ਮਹਾਰਾਜ ਨੇ ਉਹ ਸ਼ਕਤੀ ਨੂੰ ਪ੍ਰਗਟ ਕਰਕੇ ਦਿਖਾਇਆ ਹੈ। ਦੁਨੀਆ ਅੱਜ ਤੱਕ ਉਹ ਗੱਲ 'ਤੇ ਹੈਰਾਨ ਹਨ, ਭਾਵੇਂ ਅੱਜ ਆਪਣੀ ਟੈਕਨੋਲੋਜੀ ਭਾਵੇਂ ਕਿਤਨੀ ਵੀ ਵੱਧ ਗਈ ਹੋਵੇ, ਕਿੰਨੀ ਵੀ ਜਿਹੜੀ ਹੈ ਵੈਪਨਰੀ ਭਾਵੇਂ ਕਿੰਨੀ ਉਹਦੀ ਟੈਕਨੋਲੋਜੀ ਅੱਗੇ ਤੋਂ ਅੱਗੇ ਹੈ, ਪਰ ਅੱਜ ਤੱਕ 1.5 ਮਿਲੀਅਨ ਅੱਗੇ 40 ਬੰਦਿਆਂ ਨੇ ਟਾਕਰਾ ਨਹੀਂ ਲਿਆ। ਗੁਰੂ ਗੋਬਿੰਦ ਸਿੰਘ ਦੀ ਬਦੌਲਤ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ 'ਤੇ ਰਹਿਮਤਾਂ ਕਰਨ ਵਾਲੇ ਨੇ। ਕਿੰਨਾ ਕੁ ਪਿਆਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਦੇ ਨਾਲ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਆਪਣੇ ਸਿੱਖਾਂ ਦੇ ਸੀਸਾਂ ਨੂੰ ਆਪਣੇ ਗੋਦ ਵਿੱਚ ਰੱਖ ਰੱਖ ਕੇ ਪਰੋਸਦੇ ਨੇ, ਪਿਆਰ ਕਰਦੇ ਨੇ, ਮੱਥਾ ਚੁੰਮਦੇ ਨੇ ਆਪਣੇ ਸਿੱਖਾਂ ਦਾ। ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਗੈਰ ਕੋਈ ਕਰ ਨਹੀਂ ਸਕਦਾ। ਮਹਾਰਾਜ ਨੇ ਆਪਣਾ ਸਰਬੰਸ ਵਾਰਿਆ, ਆਪਣਾ ਘਰ ਬਾਰ ਉਜਾੜ ਦਿੱਤਾ, ਸਭ ਕੁਝ ਜਿਹੜਾ ਹੈ ਕੁਰਬਾਨ ਕਰ ਦਿੱਤਾ, ਤੇ ਬਚਾਇਆ ਕਿਹਨੂੰ ਹੈ? ਯਾਦ ਰੱਖਿਓ ਖਾਲਸਾ ਜੀ,
ਸਭ ਕੁਝ ਵਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਚੁਣਿਆ ਹੈ, ਤੁਹਾਨੂੰ ਆਪਣੀ ਗਲਵਖੜੀ ਵਿੱਚ ਲੈਣ ਵਾਸਤੇ ਭਾਵੇਂ ਕਿੱਡੀ ਵੀ ਕੀਮਤ ਗੁਰੂ ਗੋਬਿੰਦ ਸਿੰਘ ਜੀ ਨੂੰ ਉਤਾਰਨੀ ਪਈ, ਹੱਸ ਹੱਸ ਕੇ ਕਲਗੀਧਰ ਪਾਤਸ਼ਾਹ ਨੇ ਦਿੱਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਭਾਵੇਂ ਆਪਣਾ ਜਿਸਮ ਦਾ ਟੁਕੜਾ ਟੁਕੜਾ ਵੀ ਨਿਸ਼ਾਵਰ ਕਰਦੀਆਂ ਨੇ, ਤਾਂ ਵੀ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਕਦਮ ਦੀ ਵੀ ਜਿਹੜੀ ਹੈ ਆਪਾਂ ਕੀਮਤ ਨਹੀਂ ਤਾਰ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ। ਕਈ ਵਾਰੀ ਤਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਝਣ ਤੋਂ ਬੜੇ ਅਸਮਰੱਥ ਹਾਂ, ਨਹੀਂ ਸਮਝ ਸਕਦੇ ਜੀ ਉਹਨਾਂ ਦੀ ਹਸਤੀ ਕਿੱਡੀ ਕੁ ਵੱਡੀ ਹੈ, ਅਤੇ ਮਹਾਰਾਜ ਕਿੱਡੇ ਵੱਡੇ ਜਿਹੜੇ ਹਨ ਪੋਇਟ ਹਨ, ਮਹਾਰਾਜ ਕਿੱਡੇ ਵੱਡੇ ਗਿਆਨਵਾਨ ਹਨ। ਦਰਬਾਰ ਦੇ ਵਿੱਚ 52 ਕਵੀਆਂ ਤੋਂ ਵੱਧ 36 ਲਿਖਾਰਿਆਂ ਜਿਹੜੇ ਹਨ ਮਹਾਰਾਜ ਨੇ ਲਿਖਾਰੀ ਰੱਖੇ ਹੋਏ ਹਨ, ਵੱਡੇ ਤੋਂ ਵੱਡੇ ਧਰਮ ਗ੍ਰੰਥਾਂ ਦਾ ਜਿਹੜਾ ਮਹਾਰਾਜ ਟ੍ਰਾਂਸਲੇਸ਼ਨ ਕਰਾਇਆ, ਉਲਟਾ ਕਰਾਇਆ। ਇੱਕ ਸਾਖੀ ਆਉਂਦੀ ਹੈ ਕਿ ਗੁਰੂ ਦਰਬਾਰ ਦੇ ਵਿੱਚ ਇੱਕ ਚੰਦਨ ਰਾਮ ਦਾ ਰਿਸ਼ੀ ਆਇਆ। ਉਹ ਰਿਸ਼ੀ ਕਿਸ ਕਰਕੇ ਆਇਆ? ਕਿਉਂਕਿ ਗੁਰੂ ਦੇ ਦਰਬਾਰ ਬਾਰੇ ਸਾਰਿਆਂ ਨੂੰ ਇਹ ਗੱਲ ਦਾ ਜਿਹੜਾ ਗਿਆਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕਵੀਆਂ ਦੀ ਜਿਹੜੀ ਬੜੀ ਕਦਰ ਕਰਦੇ ਨੇ, ਆਪਣੇ ਕਵੀਆਂ ਨਾਲ ਬੜਾ ਪਿਆਰ ਕਰਦੇ ਨੇ, ਆਪਣੇ ਪੁੱਤਰਾਂ ਵਾਂਗੂ ਸੰਭਾਲਦੇ ਨੇ। ਅਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖੁਸ਼ ਹੋਇਆ ਕਰਦੇ ਸਨ ਨਾ ਕੋਈ ਕਵੀ 'ਤੇ, ਉਹਨਾਂ ਨੂੰ 60,000 ਰੁਪਏ ਉਹਨਾਂ ਨੂੰ ਇਉਂ ਦੇ ਦਿਆ ਕਰਦੇ ਸਨ। ਮਹਾਰਾਜ ਦੇ ਡਰ 'ਤੇ ਜਿਹੜਾ ਕਵੀ ਆ ਜਾਂਦਾ ਸੀ ਉਹਨਾਂ ਦੀ ਪੁਸ਼ਟਾਂ ਤੋਂ ਲੈ ਕੇ ਸਾਰੀ ਗਰੀਬੀ ਦੂਰ ਹੋ ਜਾਇਆ ਕਰਦੀ ਸੀ। ਗੁਰੂ ਐਸੇ ਸਨ। ਅਤੇ ਚੰਦਨ ਜਿਹੜਾ ਹੈ ਇੱਕ ਕਵੀ ਆਇਆ, ਆ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਬੇਨਤੀ ਕੀਤੀ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਆਪਣਾ ਇੱਕ ਕਵਿਤਾ ਸੁਣਾਉਣੀ ਚਾਹੁੰਦਾ ਹਾਂ, ਮਹਾਰਾਜ ਕਿਰਪਾ ਕਰਕੇ ਸੁਣ ਲਿਓ। ਪਰ ਮੈਨੂੰ ਨਹੀਂ ਲੱਗਦਾ ਤੁਹਾਡੇ ਦਰਬਾਰ ਵਿੱਚ ਕੋਈ ਵੀ ਐਸਾ ਕਵੀ ਹੋਵੇਗਾ ਜਿਹੜਾ ਇਹਦੇ ਅਰਥ ਕਰ ਸਕੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਚੱਲ ਤੂੰ ਸੁਣਾ। ਅਤੇ ਇੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖ ਨੂੰ ਕਿਹਾ ਕੋਲੇ ਖੜ੍ਹੇ ਨੂੰ, ਧਿਆਨ ਸਿੰਘ ਜੋ ਸਾਡਾ ਗਾਰਡਨਰ ਹੈ, ਜੋ ਗਾਰਡਨਿੰਗ ਕਰਦਾ ਹੈ, ਕਹਿੰਦੇ ਧਿਆਨ ਸਿੰਘ ਨੂੰ ਸਦਕੇ ਲਿਆਓ। ਅਤੇ ਧਿਆਨ ਸਿੰਘ ਨੂੰ ਲਿਆ ਕੇ ਸਾਹਮਣੇ ਬਿਠਾ ਦਿੱਤਾ, ਕਹਿੰਦੇ ਚੰਦਨ ਸੁਣਾ ਤੇਰੀ ਕਵਿਤਾ। ਉਹਨੇ ਸੁਣਾਇਆ ਜੀ ਨਵ ਸੱਤ ਕਰਕੇ ਜਿਹੜਾ ਹਨ ਕਵਿਤਾ ਲੰਮੀ ਹੈ, ਆਪਾਂ ਇਹਦੇ ਵਿੱਚ ਨਹੀਂ ਪੈਂਦੇ। ਉਹਨੇ ਆਪਣੀ ਕਵਿਤਾ ਸੁਣਾ ਦਿੱਤੀ ਜੀ। ਨਵ ਸੱਤ ਮੀਨਸ 9 and 7, ਜਿੱਥੇ 16 ਬਣਦਾ। ਉਹਨੇ ਕਵਿਤਾ 16 ਨੰਬਰ 'ਤੇ ਬਣਾਈ ਜੀ। ਜਦੋਂ ਉਹਨੇ ਕਵਿਤਾ ਸੁਣਾਈ, ਧਿਆਨ ਸਿੰਘ ਨੇ ਸੁਣ ਕੇ ਸਾਰੀ ਅਰਥ ਦੱਸ ਦਿੱਤੇ। ਚੰਦਨ ਰਿਸ਼ੀ ਬੜਾ ਹੈਰਾਨ ਹੋਇਆ, ਕਹਿੰਦਾ ਵੱਡਾ ਵੱਡਾ ਰਿਸ਼ੀ ਜਿਹੜਾ ਹੈ ਕਵੀ ਤੁਸੀਂ ਰੱਖਿਆ ਹੋਇਆ ਦਰਬਾਰ ਵਿੱਚ? ਮਹਾਰਾਜ ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿੰਦੇ ਇਹ ਤਾਂ ਸਾਡਾ ਗਾਰਡਨਰ ਹੈ, ਹਜੇ ਤਾਂ ਤੁਸੀਂ ਕਵੀਆਂ ਤੱਕ ਪਹੁੰਚੇ ਹੀ ਕੋਈ ਨਹੀਂ। ਕਹਿੰਦੇ ਕਿ ਚੱਲ ਕੋਈ ਨਹੀਂ, ਧਿਆਨ ਸਿੰਘ ਤੂੰ ਕੁਝ ਸੁਣਾ ਅਰਥ, ਚੰਦਨ ਤੂੰ ਕਰਕੇ ਦੱਸ ਦੇ। ਚੰਦਨ ਸਿੰਘ ਜਿਹੜਾ ਹੈ, ਧਿਆਨ ਸਿੰਘ ਨੇ ਫਿਰ ਚੰਦਨ ਨੂੰ ਇਹ ਜਿਹੜਾ ਹੈ ਆਪਣੀ ਕਵਿਤਾ ਸੁਣਾਈ, ਚੰਦਨ ਤੋਂ ਉਹਦੇ ਅਰਥ ਨਾ ਹੋਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਦਨ ਇਹ ਦਰਬਾਰ ਹੈ ਕਵੀਆਂ ਦਾ, ਗੁਰੂ ਨਾਨਕ ਸਾਹਿਬ ਦਾ। ਕਹਿਣ ਲੱਗੇ ਇੱਥੇ ਜਿਹੜੀ ਹੈ ਸਿਰਫ ਮਤ ਨਹੀਂ ਕੰਮ ਕਰਦੀ, ਇੱਥੇ ਕਿਰਪਾ ਵੀ ਕੰਮ ਕਰਦੀ ਹੈ। ਚੰਦਨ ਜੇ ਤੂੰ ਸਿਰਫ ਵਿਦਿਆ ਦੇ ਆਧਾਰ 'ਤੇ ਕੰਮ ਕਰੇਗਾ ਤਾਂ ਕੁਝ ਬਹੁਤਾ ਬੰਦਾ ਜਾਂਦਾ ਨਹੀਂ, ਜੇ ਕਿਰਪਾ ਦੇ ਪਾਤਰ ਕੋਈ ਬਣ ਜਾਵੇ ਤਾਂ ਉਹ ਬੜੀ ਦੂਰ ਤੱਕ ਚਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਕੁਝ ਐਸਾ ਸੀ। ਮਹਾਰਾਜ ਦੇ ਦਰਬਾਰ ਵਿੱਚ ਮਹਾਰਾਜ ਨੇ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਮਹਾਰਾਜ ਨੇ ਲਿਖਿਆ, ਜੋ ਕਿ 1686 ਦੇ ਵਿੱਚ ਕੰਪਲੀਟ ਹੋਇਆ। ਕੰਪਲੀਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੇ ਹੱਥੀਂ ਲਿਖਿਆ, ਜੋ ਮਨੋਹਰ ਸਿੰਘ ਮਾਰਕੋ ਹੈ ਉਹਦੇ ਹੱਥ ਲੱਗਿਆ ਅਤੇ ਉਹਨੇ ਰਿਸਤੌ ਕੀਤਾ ਉਸ ਰੂਪ, ਅਤੇ ਉਸ ਰੂਪ ਨੂੰ ਰਿਸਤੌ ਕਰਕੇ ਉਹਦੇ ਵਿੱਚ ਸਾਰੀ ਜਿਹੜੀ ਸਾਖੀਆਂ ਅੱਗੇ ਆਉਂਦੀਆਂ ਨੇ ਕਿ 1686 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥੀਂ ਲਿਖਿਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1695 ਦੇ ਵਿੱਚ ਸ੍ਰੀ ਦਸਮ ਗ੍ਰੰਥ ਕੰਪਲੀਟ ਕੀਤਾ, ਸਾਰਾ ਸੰਪੂਰਨ ਕੰਪਲੀਟ ਹੋਇਆ। ਉਹਦੇ ਵਿੱਚ ਸਿਰਫ ਜ਼ਫਰਨਾਮਾ ਅਤੇ ਹਿਕਾਇਤ ਨਹੀਂ ਸਨ, ਬਾਕੀ ਸਾਰਾ ਸੰਪੂਰਨ ਹੈ, ਜਿਹਨੂੰ ਅਨੰਦਪੁਰੀ ਬੀੜ ਜਾਂ ਦਰਬਾਰੀ ਬੀੜ ਕਿਹਾ ਜਾਂਦਾ ਸੀਗਾ।
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾਪ ਸਾਹਿਬ ਅਕਾਲ ਉਸਤਤ 11 ਸਾਲ ਦੀ ਉਮਰ ਵਿੱਚ ਮਹਾਰਾਜ ਨੇ ਉਚਾਰਨ ਕੀਤਾ, ਜੋ 1677 ਦੇ ਵਿੱਚ ਕੰਪਲੀਟ ਹੋਇਆ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਹੈ ਵਿਦਿਆ ਜਿਹੜੀ ਹੈ ਕੈਸੀ ਹੈ, ਵਿਦਿਆ ਜਿਹੜੀ ਹੈ ਮਹਾਰਾਜ ਦੀ ਇੰਟੈਲੀਜੈਂਸ ਪਰੇ ਤੋਂ ਪਰੇ ਹੈ, ਜਿਹਨੂੰ ਕੋਈ ਸਮਝ ਨਹੀਂ ਸਕਦਾ। ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਨੁੱਖਤਾ ਨੂੰ ਦਿੱਤਾ ਹੈ, ਇਟਸ ਆਲਵੇਜ਼ ਅਹੇਡ ਆਫ ਟਾਈਮ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚਣੀ ਹਮੇਸ਼ਾ ਹੀ ਸਮੇਂ ਤੋਂ ਅੱਗੇ ਅਤੇ ਹਮੇਸ਼ਾ ਸਮੇਂ ਤੋਂ ਅੱਗੇ ਹੀ ਰਹੇਗੀ। ਸਮਾਂ ਭਾਵੇਂ ਕਿਤਨਾ ਵੀ ਅੱਗੇ ਚੱਲਿਆ ਜਾਵੇ, ਗੁਰੂ ਗੋਬਿੰਦ ਸਿੰਘ ਦੀ ਸੋਚਣੀ ਉਹ ਤੋਂ ਵੀ ਅੱਗੇ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਹੜਿਆਂ ਨੇ ਵੀ ਇਤਿਹਾਸਕਾਰਾਂ ਨੇ ਜਾਂ ਉਹਨਾਂ ਨੂੰ ਜਿੰਨੇ ਵੀ ਵੱਡੇ ਵੱਡੇ ਸੰਤ ਰਿਸ਼ੀ ਮੁਨੀ ਜਿਨ੍ਹਾਂ ਨੇ ਵੀ ਉਹਨਾਂ ਬਾਰੇ ਲਿਖਿਆ ਹੈ, ਅਖੀਰਕਾਰ ਉਹਨਾਂ ਨੇ ਮੱਥਾ ਟੇਕ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਸੋਚਣੀ ਨਹੀਂ ਕੋਈ ਸਮਝ ਨਹੀਂ ਸਕਦਾ। ਯੂ ਕੈਨ ਨੈਵਰ ਅੰਡਰਸਟੈਂਡ, ਯੂ ਕੈਨ ਨੈਵਰ ਕੰਪਰੀਹੈਂਡ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇਖੋ ਉਹਨਾਂ ਦੀ ਬਾਣੀ ਜਿਹੜੀ ਹੈ ਨਾ, ਇੱਕ ਇੱਕ ਬਾਣੀ ਜਿਹੜੀ ਹੈ ਇੰਨੀ ਕਿਰਪਾ ਭਰੀ ਹੈ। ਕਿਰਪਾ ਤਾਂ ਇੱਕ ਗੱਲ ਹੈ, ਜਿਵੇਂ ਕਹਿੰਦੇ ਆ ਨਾ ਬੱਚੇ ਨੂੰ ਜਿਹੜਾ ਹੈ ਮਾਪੇ ਚੁੱਕ ਕੇ ਆਪਣੇ ਮੋਢਿਆਂ 'ਤੇ ਬਿਠਾ ਲੈਣ ਨਾ ਅਤੇ ਉਹਨਾਂ ਨੂੰ ਮੇਲਾ ਦਿਖਾ ਦੇਣ, ਕਹਿੰਦੇ ਇਸ ਤਰ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਮਹਾਰਾਜ ਦੀ ਬਾਣੀ ਇਮੀਡੀਏਟਲੀ ਇੰਸਟੈਂਟਲੀ ਤੁਹਾਡੀ ਸਪਿਰਿਚੁਅਲ ਅਵਸਥਾ ਨੂੰ ਉੱਤੇ ਲੈ ਜਾਂਦੀ ਹੈ। ਅੱਜ ਆਪਾਂ ਸਮਝਣਾ ਚਾਹੁੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿ ਆਪਣੇ ਗੁਰੂ ਨੇ, ਪ੍ਰਤੱਖ ਗੁਰੂ ਨੇ, ਅਤੇ ਆਪਾਂ ਸਮਝਣਾ ਚਾਹੁੰਦੇ ਨੇ। ਦੇਖੋ ਗੁਰੂ ਜਿਹੜਾ ਹੈ ਨਾ, ਜਦੋਂ ਆਪਾਂ ਕਹਿੰਦੇ ਹਾਂ ਨਾ ਆਪਾਂ ਬਿਲੀਵਿੰਗ ਗੁਰੂ, ਆਪਾਂ ਲਿਵਿੰਗ ਗੁਰੂ, ਇਟਰਨਲ ਗੁਰੂ, ਹਮੇਸ਼ਾ ਦਾ ਗੁਰੂ ਹੈ, ਇਹਦਾ ਮਤਲਬ ਕੀ ਹੈ? ਗੁਰੂ ਜਿਉਂਦਾ ਹੈ, ਗੁਰੂ ਜਾਗਦਾ ਹੈ, ਗੁਰੂ ਪੁਰਾਣਾ ਨਹੀਂ ਹੋ ਸਕਦਾ, ਗੁਰੂ ਆਪਣੇ ਤੋਂ ਅੱਗੇ ਹੈ। ਜੋ ਵੀ ਆਪਾਂ ਅੱਜ ਕਰਦੇ ਹਾਂ ਗੁਰੂ ਅੱਗੇ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਸਤੇ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਪਾਂ ਨੂੰ ਗਿਆਨ ਕਿੰਨਾ ਚਾਹੀਦਾ ਹੈ ਜੀ, ਕਿੱਡਾ ਵੱਡਾ ਨੌਲੇਜ ਦਾ ਤੁਹਾਡੇ ਕੋਲ ਇੱਕ ਬੈਂਕ ਚਾਹੀਦਾ ਤੁਹਾਡੇ ਅੰਦਰ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੱਖਰ ਨੂੰ ਵੀ ਸਮਝ ਸਕਾਂ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਉਹ ਸਾਰਾ ਦਾ ਸਾਰਾ ਨੌਲੇਜ ਸ੍ਰੀ ਦਸਮ ਗ੍ਰੰਥ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸ੍ਰੀ ਦਸਮ ਗ੍ਰੰਥ ਇਜ਼ ਅ ਵਨ ਸਟੋਪ ਸੈਂਟਰ ਹੈ ਫੋਰ ਐਵਰੀ ਨੌਲੇਜ, ਆਲ ਦ ਨੌਲੇਜ ਦੈਟ ਯੂ ਨੀਡ ਫੋਰ ਦਿਸ ਵਰਲਡ ਟੂ ਲਿਬਰੇਟ ਯੋਰ ਸੈਲਫ ਟੂ ਪ੍ਰੋਗਰੈਸ ਫਰਦਰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਸਤਿਗੁਰੂ ਜੀ ਬੇਅੰਤ ਹਨ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਕਹਿਣ ਲੱਗੇ ਇੱਕ ਵਾਰ ਜੰਗ ਹੁੰਦਾ ਹੈ ਅਤੇ ਕੀ ਹੋਇਆ, ਸਿੰਘਾਂ ਨੇ ਉਹ ਜੰਗ ਐਸੇ ਜਿਹੜਾ ਹੈ ਲੜਿਆ ਕਿ ਸਾਰੇ ਪਹਾੜੀ ਰਾਜੇ ਜਿਹਨੇ ਪਿੱਠ ਦੇ ਕੇ ਭੱਜਣ ਲੱਗ ਪਏ। ਭੱਜਦਿਆਂ ਹੋਇਆਂ ਨੂੰ ਸਿੱਖਾਂ ਨੂੰ ਇਤਨਾ ਜ਼ਿਆਦਾ ਰੋਸ ਸੀਗਾ, ਇੰਨਾ ਵੀਰ ਰਸ ਉਹਨਾਂ ਨੂੰ ਚੜਿਆ ਕਿ ਉਹਨਾਂ ਨੇ ਪਿੱਛੋਂ ਵਾਰ ਕਰਨੇ ਸ਼ੁਰੂ ਕਰਤੇ ਸਿੱਖਾਂ ਨੇ। ਕਹਿੰਦੇ ਅੱਜ ਪਹਾੜੀ ਇੱਕ ਵੀ ਨਹੀਂ ਛੱਡਣਾ, ਰੋਜ਼ ਰੋਜ਼ ਦਾ ਜਿਹੜਾ ਇਹ ਪੰਗਾ ਪਾਉਂਦੇ ਨੇ ਅੱਜ ਇੱਕ ਵਾਰੀ ਉਹ ਖਤਮ ਕਰ ਦਿੰਦੇ ਹੈ। ਉਹਨਾਂ ਨੇ ਪਿੱਛੇ ਜਾ ਕੇ ਉਹਨਾਂ ਦਾ ਪਿੱਛਾ ਕਰਕੇ ਉਹ ਜਿਹੜਾ ਹਨ ਪਹਾੜੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇੱਕ ਸਿੱਖ ਨੇ ਭੱਜ ਕੇ ਆ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਕਿ ਪਾਤਸ਼ਾਹ ਸਿੱਖ ਪਿੱਛੋਂ ਵਾਰ ਕਰ ਰਹੇ ਨੇ ਅਤੇ ਤੁਹਾਡਾ ਹੁਕਮ ਹੈ ਕਿ ਪਿੱਛੋਂ ਵਾਰ ਨਹੀਂ ਕਰਨਾ। ਸਤਿਗੁਰੂ ਜੀ ਸਿੱਖ ਹਟਦੇ ਨਹੀਂ, ਮੈਂ ਹਟਾ ਕੇ ਦੇਖ ਲਿਓ, ਹਟਦੇ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਕਮਰ ਕਸੇ ਤੋਂ ਇੱਕ ਤਾਂ ਕਟਾਰ ਕੱਢੀ, ਦੂਸਰੀ ਤਲਵਾਰ ਕੱਢੀ, ਆਪਣੇ ਪੱਥੇ ਤੋਂ ਇੱਕ ਤੀਰ ਕੱਢਿਆ ਅਤੇ ਸਤਿਗੁਰੂ ਜੀ ਨੇ ਆਪਣਾ ਜਿਹੜਾ ਹੈ ਜਿਹੜਾ ਕਮਰ ਕਸਾ ਖੋਲ੍ਹ ਕੇ ਉਹ ਸਿੱਖ ਨੂੰ, ਚਾਰ ਸਿੱਖਾਂ ਨੂੰ ਭੇਜਿਆ ਚਾਰ ਨਿਸ਼ਾਨੀਆਂ ਆਪਣੀਆਂ ਦੇ ਕੇ। ਕਹਿੰਦੇ ਸਾਡੀਆਂ ਨਿਸ਼ਾਨੀਆਂ ਲੈ ਜਾਓ, ਚਾਲੇ ਪਾਸੇ ਤੋਂ ਸਿੱਖਾਂ ਨੂੰ ਘੇਰ ਕੇ ਉਹਨਾਂ ਨੂੰ ਮੁੜ ਕੇ ਲਿਆਓ ਕਿ ਤੁਹਾਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਵਾਪਸ ਆ ਜਾਓ। ਸਿੱਖ ਵਾਪਸ ਆ ਗਏ, ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ ਕੀ ਹੋ ਗਿਆ, ਪਿੱਠ 'ਤੇ ਕਿਉਂ ਵਾਰ ਕਰਨਾ ਸ਼ੁਰੂ ਕੀਤਾ? ਕਹਿਣ ਲੱਗੇ ਅੱਜ ਇਹ ਪਹਾੜੀਆਂ ਨੂੰ ਅਸੀਂ ਛੱਡਣਾ ਕੋਈ ਨਹੀਂ ਹੈਗਾ, ਇਹ ਭਾਈ ਧਾਰ ਦੇ ਰਾਜੇ ਜਿਹੜੇ ਨੇ ਇਹ ਮੁਗਲਾਂ ਨਾਲ ਰਲ ਕੇ ਆਪਣਿਆਂ ਨੂੰ ਹੀ ਮਾਰ ਰਹੇ ਨੇ, ਇਸ ਕਰਕੇ ਅੱਜ ਇਹਨਾਂ ਨੂੰ ਛੱਡਣਾ ਕੋਈ ਨਹੀਂ, ਇਹਨਾਂ ਦਾ ਰਾਜ ਵੀ ਅਸੀਂ ਲੈ ਜਾਣਾ, ਹੁਣ ਇਹਨਾਂ ਦਾ ਰਾਜ ਵੀ ਕੋਈ ਨਹੀਂ ਛੱਡਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਗੁਰਸਿੱਖੋ
ਜੇ ਇੱਕ ਦਿਨ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਮਾਰ ਦਿਓਗੇ, ਬਾਕੀ ਦੇ ਦਿਨਾਂ ਵਿੱਚ ਅਸੀਂ ਕਿਹਦੇ ਨਾਲ ਖੇਡਿਆ ਕਰਾਂਗੇ? ਦੇਖੋ ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿਣ ਲੱਗੇ, ਇਹ ਤਾਂ ਸਾਰੇ ਖਿਡਾਰੀ ਨੇ, ਅਸੀਂ ਤਾਂ ਇਹਨਾਂ ਨਾਲ ਖੇਡਦੇ ਹਾਂ। ਕਹਿਣ ਲੱਗੇ ਜੇ ਇੱਕ ਦਿਨ 'ਚ ਖਤਮ ਕਰਤੇ, ਬਾਕੀ ਦੇ ਦਿਨ ਸਾਡੇ ਕਿਵੇਂ ਲੰਘਣਗੇ? ਕਿਹਦੇ ਨਾਲ ਜੰਗ ਭੂਮੀ 'ਚ ਲੜਿਆ ਕਰਾਂਗੇ? ਕਹਿੰਦੇ ਥੋੜ੍ਹੇ ਬਹੁਤੇ ਤਾਂ ਛੱਡ ਦਿਓ, ਹਾਂਜੀ ਥੋੜ੍ਹਾ ਬਹੁਤਾ ਜੀ ਲਾ ਕੇ ਰੱਖਦੇ ਨੇ। ਦੇਖੋ ਗੁਰੂ ਗੋਬਿੰਦ ਸਿੰਘ ਦੀ ਨਜ਼ਰੀਏ ਦੇ ਵਿੱਚ ਰਣ ਭੂਮੀ ਵੀ ਇੱਕ ਖੇਡ ਹੈ। ਇਸ ਕਰਕੇ ਉਹਨਾਂ ਨੇ ਦੁਨੀਆਂ ਦੀ ਖੇਡ ਨੂੰ ਬਚਿੱਤਰ ਬਚਿੱਤਰ ਇੱਕ ਨਾਟਕ ਮੰਨਿਆ ਹੈ, ਵੀ ਬੜਾ ਬਚਿੱਤਰ ਹੈ, ਇਹ ਇੱਕ ਨਾਟਕ ਹੈ। ਦੇਖੋ ਕਿਤੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਇਹ ਗੱਲ ਨੂੰ ਆਪਣੇ ਮਨ ਵਿੱਚ ਬਿਠਾ ਲਈਏ, ਜੇ ਗੁਰੂ ਗੋਬਿੰਦ ਸਿੰਘ ਦੇ ਨਜ਼ਰੀਏ ਨਾਲ ਆਪਾਂ ਦੁਨੀਆਂ ਨੂੰ ਦੇਖਾਂਗੇ ਨਾ, ਇਟ ਬਿਕਮਸ ਵੈਰੀ ਇੰਟਰਸਟਿੰਗ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਨੂੰ ਇੱਕ ਨਾਟਕ ਦਿਖਾਇਆ ਹੈ ਜੋ ਬੜਾ ਬਚਿੱਤਰ ਹੈ। ਕਹਿੰਦੇ ਬੜਾ ਬਚਿੱਤਰ ਇਹ ਨਾਟਕ ਹੈ। ਸਤਿਗੁਰਾਂ ਸੱਚੇ ਪਾਤਸ਼ਾਹ ਜੀ ਦੇ ਜੋ ਬਾਣੀ ਹੈ ਅਕਾਲ ਉਸਤਤ, ਉਹਦੀ ਥੋੜ੍ਹੀ ਜਿਹੀ ਵਿਚਾਰ ਆਪਾਂ ਕਰਨੀ ਹੈ। ਦੋ ਕੁ ਸਵਈਏ ਆਪਾਂ ਕਰਨੇ ਹਨ, ਦਿਨਨ ਕੇ ਪ੍ਰਿਤਪਾਲ ਵਾਲੇ ਤੋਏ ਪ੍ਰਸਾਦ ਸਵਈਏ, ਅਤੇ ਸ੍ਰੀ ਅਕਾਲ ਉਸਤਤ ਬਾਣੀ ਦੀ ਜਿਹੜੀ ਕਿਤਾਬ ਸਤਿਗੁਰਾਂ ਨੇ ਆਪ ਅੰਗ ਸੰਗ ਹੋ ਕੇ ਤਿਆਰ ਕਰਵਾਈ ਹੈ, ਫਿਰ ਉਹਦੇ ਬਾਰੇ ਥੋੜ੍ਹਾ ਜਿਹਾ ਇੰਟਰੋਡਕਸ਼ਨ ਕਰਕੇ ਆਪਾਂ ਸਮਾਪਤੀ ਕਰਾਂਗੇ। ਅਤੇ ਕਰੋ ਆਪਣਾ ਮਨੋਬ੍ਰਿਤੀਆਂ ਨੂੰ ਇਕਾਗਰ, ਅਤੇ ਸਤਿਗੁਰਾਂ ਦੀ ਬਾਣੀ ਦੇ ਇਹ ਜੋ ਵਿਚਾਰ ਹੈ ਆਪ ਜੀ ਸਰਵਣ ਕਰੋ ਜੀ। ਕਾਮਨਾ ਕ੍ਰੋਧਨਾ ਲੋਭਨਾ ਮੋਹਨਾ ਰੋਗਨਾ ਸੋਗਨਾ ਭੋਗਨਾ ਭੈ ਹੈ ਦੇਹ ਬਹੀਨ ਸਨੇਹ ਸਬੋ ਤਨ ਨੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਮਨਾ ਕ੍ਰੋਧਨਾ ਲੋਭਨਾ ਮੋਹਨਾ, ਕਹਿੰਦੇ ਉਹ ਪਰਮੇਸ਼ਰ, ਸਿਰਫ ਇੱਕ ਆਪਾਂ ਇੱਕ ਗਲਿਮਸ ਲੈਣਾ ਹੈ ਜੀ ਮਹਾਰਾਜ ਦੀ ਲਿਖਤ ਦਾ, ਮਹਾਰਾਜ ਦੀ ਬਾਣੀ ਦਾ। ਕਹਿੰਦੇ ਕਾਮਨਾ, ਉਹ ਪਰਮੇਸ਼ਰ ਨੂੰ ਕੋਈ ਕਾਮ ਲਸਤ ਨਹੀਂ ਹੈ। ਕ੍ਰੋਧ ਨਾ, ਉਹ ਪਰਮੇਸ਼ਰ ਨੂੰ ਕੋਈ ਕ੍ਰੋਧ ਐਂਗਰ ਨਹੀਂ ਹੈ। ਕਹਿੰਦੇ ਲੋਭ ਨਾ, ਉਹਨੂੰ ਕੋਈ ਗ੍ਰਿਟ ਵੀ ਨਹੀਂ ਹੈ, ਪਰਮੇਸ਼ਰ ਗ੍ਰਿਟ ਦੇ ਵਿੱਚ ਵੀ ਨਹੀਂ ਹੈ। ਅਗਲਾ ਚੌਥਾ ਕੀ ਹੈ? ਮੋਹ। ਕਹਿੰਦੇ ਮੋਹ ਨਾ, ਉਹ ਪਰਮੇਸ਼ਰ ਨੂੰ ਕੋਈ ਅਟੈਚਮੈਂਟ ਵੀ ਕਿਸੇ ਨਾਲ ਨਹੀਂ ਹੈਗਾ ਜੀ। ਰੋਗਨਾ ਸੋਗਨਾ ਭੋਗਨਾ ਭੈ ਹੈ, ਕਹਿੰਦੇ ਨਾ ਪਰਮੇਸ਼ਰ ਨੂੰ ਕੋਈ ਰੋਗ ਹੈ, ਕਿਉਂਕਿ ਉਹ ਫਾਰਮਲੈਸ ਨੇ। ਉਹਨਾਂ ਦੇ ਸਰੀਰ ਨੂੰ ਕੋਈ ਰੋਗ ਨਹੀਂ, ਕਿਉਂਕਿ ਸਰੀਰ ਹੀ ਕੋਈ ਨਹੀਂ। ਕਹਿੰਦੇ ਫਿਰ ਨਾ ਸੋਗ ਹੈ, ਸੋਗ ਮਨ ਦੀ ਅਵਸਥਾ ਹੈ, ਮਨ ਦੇ ਦੁੱਖ ਨੇ। ਕਹਿੰਦੇ ਨਾ ਪਰਮੇਸ਼ਰ ਨੂੰ ਕੋਈ ਸੋਗ ਹੈ, ਨਾ ਭੋਗ, ਨਾ ਭੋਗ ਨਾ ਭੈ ਹੈ। ਕਹਿੰਦੇ ਫਿਰ ਪਰਮੇਸ਼ਰ ਨੂੰ ਕੋਈ ਭੋਗ, ਕੋਈ ਕੰਸਮਪਸ਼ਨ, ਕੁਝ ਖਾਣ ਦੀ ਵੀ ਲੋੜ ਕੋਈ ਨਹੀਂ ਹੈਗੀ। ਕਹਿੰਦੇ ਪਰਮੇਸ਼ਰ ਰੋਗ ਜਿਹੜੇ ਹਨ, ਸੋਗ ਅਤੇ ਭੋਗ ਤੋਂ ਪਰੇ ਹਨ। ਨਾ ਭੈ, ਭੈ ਵੀ ਕੋਈ ਨਹੀਂ, ਪਰਮੇਸ਼ਰ ਨੂੰ ਡਰ ਕੋਈ ਨਹੀਂ। ਦੇਖੋ ਜਦੋਂ ਆਪਾਂ ਨੂੰ ਡਰ ਲੱਗਦਾ ਹੈ ਨਾ, ਡਰ ਦਾ ਫਿਨੋਮੈਨਨ ਜਿਹੜਾ ਹੈ ਸਿਰਫ ਇੱਕੋ ਗੱਲ ਤੋਂ ਸ਼ੁਰੂ ਹੁੰਦਾ ਹੈ। ਜਿਸ ਦਿਨ ਆਪਾਂ ਨੂੰ ਪਰਮੇਸ਼ਰ ਭੁੱਲਦਾ ਹੈ ਨਾ, ਉਦਨ ਆਪਾਂ ਨੂੰ ਸਾਰੇ ਡਰ ਲੱਗਣੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਡਰ ਦੀ ਅਵਸਥਾ ਉਹ ਹੈ ਜਿੱਥੇ ਬੰਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ, ਵੀ ਮੈਂ ਇਕੱਲਾ ਹਾਂ। ਜਦੋਂ ਬੰਦਾ ਇਕੱਲਾ ਹੁੰਦਾ ਹੈ ਨਾ, ਉਹਨੂੰ ਡਰ ਲੱਗਦਾ ਹੈ। ਕਹਿੰਦੇ ਭੈ ਦੀ ਅਵਸਥਾ ਜਿਹੜੀ ਹੈ, ਇਹ ਜਿਹੜੀ ਅਵਸਥਾ ਹੈ, ਇਹ ਬੰਦੇ ਦੇ ਸਭ ਕੌਂਸ਼ੀਅਸ ਮਾਈਂਡ ਨੂੰ, ਕੌਂਸ਼ੀਅਸ ਮਾਈਂਡ ਨੂੰ ਕਮਜ਼ੋਰ ਕਰ ਦਿੰਦੀ ਹੈ। ਜਦੋਂ ਜਿਹੜਾ ਹੈ, ਜੋ ਆਪਾਂ ਕਹਿੰਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਮੇਰਾ ਗੁਰੂ ਮੇਰੇ ਨਾਲ ਹੈ, ਇਸ ਕਰਕੇ ਫਿਰ ਭੈ ਨਹੀਂ ਲੱਗਣਾ ਚਾਹੀਦਾ, ਕੋਈ ਜਿਹੜਾ ਹੈ ਐਸਾ ਫੀਅਰ ਡਰ ਨਹੀਂ ਹੁੰਦਾ, ਕਿਉਂਕਿ ਪਰਮੇਸ਼ਰ ਨੂੰ ਕੋਈ ਡਰ ਨਹੀਂ ਹੈਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ ਵਿੱਚੋਂ ਹਰ ਇੱਕ ਗੁਰਸਿੱਖ ਨੇ ਬਖਸ਼ਿਸ਼ ਦੇਖੀ ਹੈ, ਤੇਜ ਦੇਖਿਆ ਹੈ, ਤਾਕਤ ਦੇਖੀ ਹੈ, ਉਮੀਦ ਦੇਖੀ ਹੈ, ਪਰ ਕਿਸੇ ਨੇ ਡਰ ਨਹੀਂ ਦੇਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਡਰ ਨੇੜੇ ਨਹੀਂ ਉਹਨਾਂ ਦੇ ਸੀਗਾ, ਕਿਉਂਕਿ ਪਰਮੇਸ਼ਰ ਨੇ, ਉਹ ਡਰ ਤੋਂ ਬਗੈਰ ਹਨ। ਦੇਹ ਬਹੀਨ ਸਨੇਹ ਸਬੋ ਤਨ, ਦੇਖੋ ਪਰਮੇਸ਼ਰ, ਉਹਨਾਂ ਦੀ ਕੋਈ ਦੇਹ ਨਹੀਂ, ਉਹਨਾਂ ਦਾ ਕੋਈ ਸਰੀਰ ਨਹੀਂ, ਹੀ ਡਜ਼ਨਟ ਹੈਵ ਅ ਫਿਜ਼ੀਕਲ ਫਾਰਮ, ਉਹਨਾਂ ਦਾ ਕੋਈ ਫਿਜ਼ੀਕਲ ਫਾਰਮ ਹੈ ਨਹੀਂ, ਪਰ ਸਨੇਹ ਸਬੋ ਤਨ, ਪਰ ਸਾਰੇ ਸਰੀਰਾਂ ਨਾਲ ਪ੍ਰੇਮ ਕਰਨ ਵਾਲੇ ਨੇ ਪਰਮੇਸ਼ਰ। ਦੇਖੋ ਕੈਸੇ ਨੇ, ਉਹਨਾਂ ਦਾ ਆਪਣਾ ਕੋਈ ਸਰੀਰ ਨਹੀਂ, ਪਰ ਬਾਕੀ ਸਾਰੇ ਸਰੀਰਾਂ ਨਾਲ ਪ੍ਰੇਮ ਕਰਨ ਵਾਲੇ ਨੇ ਪਰਮੇਸ਼ਰ ਜਿਹੜੇ ਹਨ। ਇਸ ਕਰਕੇ ਉਹ ਪਿਤਪਾਲਕ ਨੇ, ਉਹ ਪਾਲਦੇ ਨੇ, ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਕਹਿੰਦੇ ਗਏ ਪਰਮੇਸ਼ਰ ਹਰ ਇੱਕ ਨੂੰ ਪਾਲਦਾ ਹੈ ਜੀ। ਨੇਹ ਬਿਰਕਤ ਅਗੇਹ ਅਛੈ ਹੈ, ਕਹਿੰਦੇ ਨੇਹ ਬਿਰਕਤ, ਉਹ ਬਿਰਕਤ ਨੇ,
ਉਹ ਕਿਸੇ ਵੀ ਜਿਹੜਾ ਹਨ ਖਾਸ ਪ੍ਰੇਮ ਦੇ ਵਿੱਚ ਜਾਂ ਖਾਸ ਮੋਹ ਦੇ ਵਿੱਚ ਰੁੱਝਦੇ ਨਹੀਂ ਹੈਗੇ। ਉਹਨਾਂ ਨੂੰ ਕੋਈ ਵੀ ਇਫੈਕਸ਼ਨ ਜਾਂ ਪੈਸ਼ਨ ਉਹਨਾਂ ਨੂੰ ਨਹੀਂ ਹੁੰਦਾ ਕਿਸੇ ਨਾਲ ਖਾਸ ਕਰਕੇ। ਕਹਿੰਦੇ ਐਸਾ ਹੈ ਅਗੇ ਹੈ, ਕਹਿਣਗੇ ਉਹਨਾਂ ਦਾ ਕੋਈ ਤਨ ਵੀ ਨਹੀਂ ਅਤੇ ਕਹਿੰਦੇ ਅਸ਼ੇ ਨਾ ਉਹਨਾਂ ਨੂੰ ਕੋਈ ਖਤਮ ਕਰਨ ਵਾਲਾ ਹੈ। ਦੇਖੋ ਜਦੋਂ ਤੱਕ ਜਿਹੜਾ ਹੈ, ਇੱਕ ਵਾਰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੇ ਹਜ਼ੂਰੀ ਵਿੱਚ, ਭਾਈ ਤ੍ਰਿਲੋਕਾ ਜੀ ਹੈ ਜੋ ਮੁਗਲ ਹਕੂਮਤ ਦੇ ਵਿੱਚ ਉਹ ਇੱਕ ਫੌਜ ਵਿੱਚ ਕੰਮ ਕਰਿਆ ਕਰਦੇ ਸਨ, ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਜੀ, ਕਹਿਣਗੇ ਸਾਡੀ ਮੁਕਤੀ ਕਿਵੇਂ ਹੋਵੇਗੀ, ਅਸੀਂ ਮੁਕਤ ਕਿਵੇਂ ਹੋਵਾਂਗੇ, ਅਸੀਂ ਤਾਂ ਮੁਗਲ ਹਕੂਮਤ ਦੇ ਉਹਨਾਂ ਦੀ ਫੌਜ ਵਿੱਚ ਭਰਤੀ ਹਾਂ। ਕਹਿਣਗੇ ਸਾਡੀ ਮੁਕਤੀ ਕਿਵੇਂ ਹੋਵੇਗੀ। ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਸੀਗਾ, ਕਹਿੰਦੇ ਦੇਖੋ ਜਦੋਂ ਇੱਕ ਬੰਦਾ ਸਿਪਾਹੀ ਬਣਦਾ ਹੈ, ਜਦੋਂ ਇੱਕ ਫੌਜਦਾਰ ਬਣਦਾ ਹੈ, ਕਹਿਣਗੇ ਉਹ ਫੌਜਦਾਰ ਨੂੰ ਸਿਰਫ ਦੋ ਰਸਤੇ ਹੁੰਦੇ ਨੇ। ਇੱਕ ਤਾਂ ਇਹ ਹੁੰਦਾ ਹੈ ਜਦੋਂ ਉਹ ਰਣ ਭੂਮੀ ਨੂੰ ਜਾਂਦਾ ਹੈ, ਕਹਿੰਦੇ ਕਿਤੇ ਡਰਨਾ ਨਹੀਂ, ਮੌਤ ਤੋਂ ਕਿਤੇ ਵੀ ਡਰਨਾ ਨਹੀਂ ਹੋਣਾ, ਕਿਉਂਕਿ ਡਰ ਜਿਹੜਾ ਹੈ ਬੰਦੇ ਨੂੰ ਉਹਦੀ ਮੌਤ ਤੋਂ ਪਹਿਲਾਂ ਹੀ ਮਾਰ ਦਿੰਦਾ। ਕਹਿੰਦੇ ਡਰਨਾ ਕੋਈ ਨਹੀਂ, ਕਹਿਣ ਲੱਗੇ ਜੇ ਜੰਗ ਵਿੱਚ ਜਿੱਤ ਕੇ ਆ ਗਏ ਤਾਂ ਰਾਜ ਮਿਲਦਾ ਹੈ, ਜੇ ਉੱਥੇ ਸ਼ਹੀਦ ਹੋ ਗਏ ਤਾਂ ਕਹਿੰਦੇ ਜੇ ਤਾਂ ਹਜੇ ਵੀ ਕਾਮਨਾ ਹੈ ਤਾਂ ਸਵਰਗਾਂ ਦੀ ਪ੍ਰਾਪਤੀ ਹੁੰਦੀ ਹੈ, ਜੇ ਨਿਸ਼ਕਾਮਤਾ ਵਿੱਚ ਹੋਵੇ ਤਾਂ ਗੁਰੂ ਵਿੱਚ ਸਮਾ ਜਾਈਦਾ। ਕਹਿੰਦੇ ਰਣ ਭੂਮੀ ਵਿੱਚ ਬੋਥ ਸਾਈਡ ਇਜ਼ ਅ ਵਿਨ ਵਿਨ ਸਿਚੁਏਸ਼ਨ, ਬੰਦਾ ਭਾਵੇਂ ਜਿੱਤ ਕੇ ਆਵੇ ਭਾਵੇਂ ਸ਼ਹੀਦ ਹੋ ਜਾਵੇ, ਰਾਜ ਦੋਵੇਂ ਪਾਸੇ ਮਿਲ ਜਾਂਦਾ ਹੈ, ਕਹਿੰਦੇ ਕੋਈ ਕਸਰ ਨਹੀਂ ਰਹਿੰਦੀ। ਸੋ ਅੱਗੇ ਵੀ ਇਹ ਸਾਖੀ ਭਾਈ ਤ੍ਰਿਲੋਕੇ ਦੀ ਆਉਂਦੀ ਹੈ। ਚਲੋ ਆਪਾਂ ਇੱਥੇ ਜਿਹੜਾ ਹੈ ਮਜਮੂਨ ਲੈ ਕੇ ਆਪਾਂ ਅੱਗੇ ਤੁਰੀਏ ਜੀ। ਜਾਨ ਕੋ ਦੇਤ ਅਜਾਨ ਕੋ ਦੇਤ, ਕਹਿਣ ਲੱਗੇ ਜਾਨ ਕੋ ਦੇਤ, ਕਹਿਣ ਲੱਗੇ ਉਹ ਚੇਤਨ, ਜਿਹੜੀ ਚੇਤਨ ਸ੍ਰਿਸ਼ਟੀ ਹੈ ਐਨੀਮੇਟਰ, ਦ ਸ੍ਰਿਸ਼ਟੀ ਦ ਕ੍ਰੀਏਸ਼ਨ ਦੈਟ ਮੂਵਸ ਅਰਾਊਂਡ ਬਟ ਇਟ ਸੈਲਫ, ਉਹਨਾਂ ਨੂੰ ਚੇਤਨ ਸ੍ਰਿਸ਼ਟੀ ਕਹਿੰਦੇ ਆ ਐਨੀਮੇਟਰ। ਇੱਕ ਹੁੰਦੀ ਆ ਜੜ ਸ੍ਰਿਸ਼ਟੀ, ਜਿਵੇਂ ਦਰਖਤ ਨੇ, ਪਹਾੜ ਨੇ, ਜੋ ਆਪਣੀ ਮਰਜ਼ੀ ਨਾਲ ਤੁਰ ਫਿਰ ਨਹੀਂ ਸਕਦੇ। ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ, ਕਹਿਣਗੇ ਜਾਨ ਨੂੰ ਵੀ ਦਿੰਦੇ ਨੇ ਅਜਾਨ ਨੂੰ ਵੀ ਦਿੰਦੇ ਨੇ, ਭਾਵੇਂ ਆਪਾਂ ਮੰਗੀਏ ਚਾਹੇ ਨਾ ਮੰਗੀਏ ਜੀ, ਪਰਮੇਸ਼ਰ ਹਰ ਇੱਕ ਨੂੰ ਰੋਜੀ ਦਿੰਦਾ ਹੈ। ਸੈਲ ਪੱਥਰ ਮੈਂ ਜਾਂਤੀ ਉਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ। ਜ਼ਮੀਨ ਜਮਾਨ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ, ਕਹਿਣਗੇ ਜ਼ਮੀਨ ਜ਼ਮੀਨ 'ਤੇ ਰਹਿਣ ਵਾਲਿਆਂ ਨੂੰ ਵੀ ਭੋਜਨ ਦਿੰਦੇ ਨੇ, ਜਮਾਨ ਆਕਾਸ਼ ਵਿੱਚ ਰਹਿੰਦਿਆਂ ਨੂੰ ਵੀ ਮਹਾਰਾਜ ਪਰਮੇਸ਼ਰ ਜੀ ਭੋਜਨ ਦਿੰਦੇ, ਜਿਵੇਂ ਅਨਲ ਅਨਲ ਪੰਛੀ ਹੈ। ਕਹਿੰਦੇ ਅਨਲ ਪੰਛੀ ਉਹ ਪੰਛੀ ਹੈ ਜੋ ਹਮੇਸ਼ਾ ਹੀ ਜਿਹੜਾ ਹੈ ਆਕਾਸ਼ ਵਿੱਚ ਰਹਿੰਦਾ, ਉਹ ਕਿਤੇ ਧਰਤੀ 'ਤੇ ਨਹੀਂ ਆਉਂਦਾ। ਕਹਿੰਦੇ ਅਨਲ ਪੰਛੀ ਜਿਹੜਾ ਹੈ ਜਦੋਂ ਉਹ ਅੰਡੇ ਦਿੰਦਾ, ਅੰਡੇ ਜਿਹੜੇ ਹਨ ਜਦੋਂ ਦਿੰਦਾ ਉਹ ਧਰਤੀ 'ਤੇ ਡਿੱਗਣ ਤੋਂ ਪਹਿਲਾਂ ਹੀ ਫੁੱਟ ਜਾਂਦੇ ਨੇ ਅਤੇ ਉਹਨਾਂ ਦੇ ਬੱਚੇ ਉੱਡ ਕੇ ਫਿਰ ਆਕਾਸ਼ ਨੂੰ ਚਲੇ ਜਾਂਦੇ ਨੇ। ਅਨਲ ਪੰਛੀ ਜਿਹੜਾ ਐਸਾ ਪੰਛੀ ਹੈ ਜੋ ਧਰਤੀ 'ਤੇ ਨਹੀਂ ਆਉਂਦਾ, ਕਹਿੰਦੇ ਪਰਮੇਸ਼ਰ ਉਹਨੂੰ ਵੀ ਰੋਜੀ ਦਿੰਦਾ ਹੈ ਜੀ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਕਹਿਣ ਲੱਗੇ ਹੇ ਪ੍ਰਾਣਿਓ ਹੇ ਗੁਰਸਿੱਖੋ, ਤੁਸੀਂ ਡਰਦੇ ਕਿਉਂ ਹੋ, ਫਿਕਰ ਕਿਉਂ ਕਰਦੇ ਹੋ। ਬੰਦਾ ਪਾਪ ਕਰਦਾ ਹੈ ਨਾ, ਕਹਿੰਦਾ ਜੀ ਮੇਰੀ ਰੋਜੀ ਨਹੀਂ ਚੱਲਣੀ। ਕਿਸੇ ਲੋਇਰ ਨੂੰ ਪੁੱਛੀਏ, ਕਹਿੰਦੇ ਭਾਈ ਤੂੰ ਲੋਇਰ ਹੈ, ਉਹ ਕਹਿੰਦਾ ਜੀ ਮੈਂ ਲੋਇਰ ਕੱਟ ਲਾਇਰ ਜ਼ਿਆਦਾ ਹਾਂ, ਹਾਂਜੀ ਝੂਠ ਬੋਲਣਾ ਪੈਂਦਾ। ਡਾਕਟਰ ਨੂੰ ਪੁੱਛੀਏ ਭਾਈ ਤੇਰੀ ਰੋਜੀ, ਕਹਿੰਦੇ ਹਾਂਜੀ ਜੇ ਬੰਦਾ ਥੋੜ੍ਹਾ ਬਿਮਾਰ ਹੋਏ ਉਹਨੂੰ ਜ਼ਿਆਦਾ ਬਿਮਾਰ ਕਹਿ ਕੇ ਜ਼ਿਆਦਾ ਪੈਸੇ ਲੈ ਲੈਂਦੇ, ਹਾਂਜੀ ਕਹਿੰਦੇ ਭਾਈ ਰੋਜੀ ਚਲਾਉਣੀ ਹੈ, ਹਾਂਜੀ। ਸੋ ਕਹਿੰਦੇ ਹਰ ਇੱਕ ਕਿੱਤੇ ਦੇ ਵਿੱਚ ਝੂਠ ਬੋਲਣਾ ਪੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਕਹਿੰਦੇ ਹੇ ਪ੍ਰਾਣੀ ਤੂੰ ਡਰਦਾ ਕਿਉਂ ਹੈ, ਕਿਉਂ ਤੈਨੂੰ ਫਿਕਰ ਆਪਣੀ ਰੋਜੀ ਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੁੰਦਰ ਸ੍ਰੀ ਪਦਮਾਪਤ ਲੈ, ਕਿਉਂਕਿ ਤੇਰੀ ਸੁਧ ਤੇਰੀ ਖਬਰ ਉਹ ਪਰਮੇਸ਼ਰ ਜੋ ਪਦਮਾਪਤ, ਜੋ ਪਦਮਾ ਜਿਹੜਾ ਹੈ ਲਛਮੀ, ਲਛਮੀ ਮੀਨਸ ਮਾਇਆ, ਜੋ ਮਾਇਆ ਦਾ ਪਤੀ ਪਰਮੇਸ਼ਰ ਹੈ ਉਹ ਆਪ ਲਏਗਾ, ਤੈਨੂੰ ਕਿਉਂ ਫਿਕਰ ਲੱਗਿਆ ਹੋਇਆ, ਤੂੰ ਕਿਉਂ ਚਿੰਤਾ ਕਰਦਾ ਹੈ। ਰੋਗਨ ਤੇ ਅਰਸੋਗਨ ਤੇ, ਕਹਿੰਦੇ ਦੇਖੋ ਹੁਣ ਆਦੀ ਵਿਆਧੀ ਤੇ ਉਪਾਧੀ ਤਿੰਨ ਰੋਗ ਮੰਨੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਇਹ ਸ਼ਬਦ ਹੁਣ ਇਹ ਸ਼ਬਦ ਦੀ ਇੱਕ ਉਥਾਨਕਾ ਆਉਂਦੀ ਹੈ, ਕਹਿੰਦੇ ਇਹ ਸ਼ਬਦ ਜਿਹੜਾ ਸੀਗਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਕਹਿੰਦੇ ਨਦੇੜ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਜੋਤੀ ਜੋਤ ਸਮਾਉਣਾ ਕੀਤਾ, ਉਸ ਤੋਂ 20 ਦਿਨਾਂ ਦੀ ਕਥਾ ਜਿਹੜੀ ਹੈ ਉਸ ਵੇਲੇ ਭਾਈ ਮੰਗਲ ਸਿੰਘ ਲਛਮੀਪੁਰ ਨੇ ਲਿਖੀ। ਕਹਿਣਗੇ ਸਤਿਗੁਰਾਂ ਦੇ ਫਾਈਨਲ 20 ਡੇਜ਼ ਜਿਹੜੇ ਸਨ, ਭਾਵੇਂ ਮਹਾਰਾਜ ਜੀ 14 ਮਹੀਨੇ ਰਹੇ ਹਨ, ਪਰ ਕਹਿੰਦੇ ਲਾਸਟ 20 ਡੇਜ਼ ਦੀ ਕਥਾ ਭਾਈ ਮੰਗਲ ਸਿੰਘ ਲਛਮੀਪੁਰ ਵਾਲਿਆਂ ਨੇ ਲਿਖੀ। ਉਹਨਾਂ ਨੇ ਆਪਣੀ ਕਥਾ ਵਿੱਚ ਲਿਖਿਆ ਹੋਇਆ ਹੈ ਕਿ ਜਿੱਦਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾਏ, ਕਹਿਣਗੇ ਉਸ ਤੋਂ ਬਾਅਦ ਜਿਹੜੇ 10ਵਾਂ ਦਿਨ ਹੈ ਦੁਸਹਿਰਾ ਹੈ, ਜਿੱਦਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਸਤੇ ਅਖੰਡ ਪਾਠ ਆਰੰਭ ਕੀਤਾ ਅਤੇ ਭੋਗ ਪਿਆ,
ਉਸ ਵੇਲੇ ਕਹਿਣ ਲੱਗੇ ਜਦੋਂ ਰਾਗੀ ਸਿੰਘਾਂ ਨੇ ਸ਼ਬਦ ਗਾਇਆ ਉਹ ਸ਼ਬਦ ਕਿਹੜਾ ਸੀ? ਕਹਿੰਦੇ ਰੋਗਣ ਤੇ ਅਰਸੋਗਣ ਤੇ ਸੀਗਾ। ਦੇਖੋ ਹੁਣ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਹਨ ਦੁਸਹਿਰੇ ਵਾਲੇ ਦਿਨ ਵਿੱਚ ਗਾਇਆ ਗਿਆ ਸੀ। ਸੋ ਇਹ ਸ਼ਬਦ ਜਿਹੜਾ ਹੈ ਕਹਿੰਦੇ ਰੋਗਣ, ਰੋਗ ਜਿਹੜੇ ਸਰੀਰ ਦੇ ਰੋਗ ਨੇ, ਸੋਗਣ ਜਿਹੜੇ ਮਨ ਦੇ ਜਿਹੜੇ ਹਨ ਰੋਗ ਨੇ। ਹੁਣ ਮਨ ਦੇ ਰੋਗ ਜਿਹੜੇ ਹਨ ਅੱਜ ਸਰੀਰ ਦੇ ਰੋਗ ਨਾਲੋਂ ਵੀ ਵੱਡੇ ਜਾਣੇ ਜਾਂਦੇ ਨੇ, ਕਿਉਂ ਉਹਦੇ ਵਿੱਚ ਡਿਪਰੈਸ਼ਨ, ਸਟ੍ਰੈਸ ਸਭ ਕੁਝ ਹੀ ਆ ਜਾਂਦਾ ਹੈ। ਕਹਿੰਦੇ ਸਰੀਰ ਦਾ ਰੋਗ ਰੋਗਣ ਅਤੇ ਮਨ ਦੇ ਰੋਗਣ, ਮਨ ਦੇ ਜਿਹੜੇ ਸੋਗ ਨੇ ਉਹਨਾਂ ਤੋਂ। ਹੁਣ ਮਨ ਦੇ ਰੋਗਾਂ ਨੂੰ ਆਦੀ ਕਿਹਾ ਜਾਂਦਾ ਹੈ, ਸਰੀਰ ਦੇ ਰੋਗਾਂ ਨੂੰ ਵਿਆਧੀ ਕਿਹਾ ਜਾਂਦਾ ਹੈ। ਸੋ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ ਜਲ ਜੋਗਣ ਤੇ ਬਹੁ ਭਾਂਤ ਬਚਾ। ਕਹਿੰਦੇ ਜਲ ਜੋਗਣ, ਲਾਈਟਨਿੰਗ, ਲਾਈਟਨਿੰਗ ਨੂੰ ਜਲ ਜੋਗਣ ਕਿਹਾ ਹੈ, ਕਿਉਂਕਿ ਜੋਗਣ ਜਿਹੜਾ ਸ਼ਬਦ ਹੈ, ਜੋਗ ਸ਼ਬਦ ਜਿਹੜਾ ਮਿਲਾਪ ਦਾ ਹੈ। ਕਹਿੰਦੇ ਜਦੋਂ ਜਲ ਦੇ ਭਰੇ ਬੱਦਲ ਆਪਸ ਵਿੱਚ ਟਕਰਾਉਂਦੇ ਨੇ ਉਦੋਂ ਬਿਜਲੀ ਪੈਦਾ ਹੁੰਦੀ ਹੈ। ਸੋ ਇਸ ਕਰਕੇ ਇਸਨੂੰ ਜਲ ਜੋਗਣ ਕਿਹਾ ਹੈ। ਅਤੇ ਇਹਨੂੰ ਕਹਿੰਦੇ ਆ ਉਪਾਧੀ, ਉਪਾਧੀ ਮੀਨਸ ਬਾਹਰੋਂ ਕੋਈ ਚੀਜ਼ ਨੇ ਆ ਕੇ ਅਟੈਕ ਕਰਨਾ, ਜਿਵੇਂ ਕੋਈ ਸੱਪ ਦਾ ਲੜ ਜਾਣਾ, ਕੋਈ ਬੰਦੇ ਦਾ ਐਕਸੀਡੈਂਟ ਹੋ ਜਾਣਾ, ਜਾਂ ਉਹਦੇ ਉੱਤੇ ਬਿਜਲੀ ਪੈ ਜਾਣੀ। ਸੋ ਇਹ ਬਾਹਰਲੇ ਰੋਗ ਨੇ ਜਿਹਨਾਂ ਨੂੰ ਉਪਾਧੀ ਰੋਗ ਕਿਹਾ ਜਾਂਦਾ ਹੈ। ਸੋ ਮਹਾਰਾਜ ਜੀ ਕਹਿੰਦੇ ਕਿ ਆਦੀ ਵਿਆਧੀ ਅਤੇ ਉਪਾਧੀ ਰੋਗ ਜਿਹੜੇ ਹਨ ਅਤੇ ਬਹੁ ਭਾਂਤ ਬਚਾਵੈ। ਦੇਖੋ ਰੋਗ ਇੱਕ ਵਾਰ ਇੱਕ ਤਰੀਕੇ ਨਾਲ ਆਉਂਦਾ ਹੈ, ਇਹ ਗੱਲ ਕਿਤੇ ਵੀ ਨਾ ਭੁੱਲਣੀ ਕਿ ਰੋਗ ਹਮੇਸ਼ਾ ਇੱਕ ਤਰੀਕੇ ਨਾਲ ਆਉਂਦਾ ਹੈ। ਦੈਟਸ ਓਨਲੀ ਵਨ ਵੇ ਦੈਟ ਯੂ ਕੈਨ ਬੀ ਇਫੈਕਟਡ। ਪਰ ਗੁਰੂ ਗੋਬਿੰਦ ਸਿੰਘ ਇੱਥੇ ਕਹਿੰਦੇ ਨੇ ਬਹੁ ਭਾਂਤ ਬਚਾਵੈ। ਕਹਿੰਦੇ ਰੋਗ ਤਾਂ ਇੱਕ ਤਰੀਕੇ ਨਾਲ ਆਉਂਦਾ, ਪਰਮੇਸ਼ਰ ਤੁਹਾਨੂੰ ਬੜੇ ਤਰੀਕਿਆਂ ਨਾਲ ਬਚਾਉਂਦਾ ਹੈ। ਦੇਖੋ ਕਿੰਨਾ ਫਰਕ ਹੈ। ਬਹੁ ਭਾਂਤ ਬਚਾਵੇ, ਕਹਿੰਦੇ ਬੜੇ ਤਰੀਕਿਆਂ ਨਾਲ ਤੁਹਾਨੂੰ ਬਚਾਉਂਦਾ, ਕਿਉਂਕਿ ਉਸ ਵੇਲੇ ਆਪਾਂ ਡੋਲ ਜਾਂਦੇ ਹਾਂ। ਡੋਲਦੇ ਬੰਦੇ ਨੂੰ ਬਚਾਉਣਾ ਬੜਾ ਮੁਸ਼ਕਲ ਹੈ ਜੀ। ਜੋ ਬੰਦਾ ਡਰ ਜਾਂਦਾ ਹੈ ਨਾ, ਇਫ ਯੂ ਆਰ ਇਨ ਫੀਅਰ, ਇਟਸ ਵੈਰੀ ਡਿਫੀਕਲਟ ਟੂ ਸੇਵ ਯੂ, ਬਿਕੋਜ਼ ਯੂ ਹੈਵ ਲੋਸ ਯੋਰ ਕੋਨਫੀਡੈਂਸ। ਜਿਹੜਾ ਬੰਦਾ ਆਪਣਾ ਹੀ ਕੋਨਫੀਡੈਂਸ ਗੁਆ ਦੇਵੇ ਨਾ, ਉਹਨੂੰ ਕੋਈ ਡਾਕਟਰ ਬਚਾ ਨਹੀਂ ਸਕਦਾ। ਕੋਈ ਵੀ ਬੰਦਾ ਕਿਸੇ ਨੂੰ ਬਚਾ ਨਹੀਂ ਸਕਦਾ ਜਦੋਂ ਬੰਦਾ ਆਪੇ ਆਸ ਛੱਡ ਜਾਂਦਾ ਹੈ। ਅਤੇ ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਬਹੁ ਭਾਂਤ ਬਚਾਵੈ, ਬੜੇ ਤਰੀਕਿਆਂ ਨਾਲ ਬਚਾਉਂਦਾ ਹੈ, ਡੋਲਦੇ ਨੂੰ ਵੀ ਚੁੱਕ ਲੈਂਦਾ ਹੈ, ਜਿਵੇਂ ਚੁੱਕਣਾ ਉਵੇਂ ਚੁੱਕ ਲੈਂਦਾ ਹੈ, ਛੱਡਦਾ ਨਹੀਂ। ਕਹਿੰਦੇ ਦੁਨੀਆ ਬਾਂਹ ਛੱਡ ਜਾਂਦੀ ਹੈ, ਪਰਮੇਸ਼ਰ ਕਿਤੇ ਕਿਸੇ ਦੀ ਬਾਂਹ ਨਹੀਂ ਛੱਡਦਾ। ਸੱਤਰ ਅਨੇਕ ਚਲਾਵਤ ਘਾਵ, ਦੇਖੋ ਕਹਿੰਦੇ ਭਾਵੇਂ ਸੱਤਰ ਜਿਹੜੇ ਸੱਤਰ ਨੇ ਅਨੇਕਾਂ ਹੀ ਜਿਹੜੇ ਹਨ ਤਰੀਕਿਆਂ ਨਾਲ ਘਾਵ, ਘਾਵ ਮੀਨਸ ਵੂਨ, ਵੂਨ ਲਾਉਣ ਵਾਸਤੇ, ਵੂਨ ਨੂੰ ਪੈਦਾ ਕਰਨ ਵਾਸਤੇ ਕਿੰਨੇ ਮਰਜ਼ੀ ਤਰੀਕਿਆਂ ਦੇ ਨਾਲ ਸ਼ਸਤਰ ਚਲਾਉਣ, ਕਿੰਨੇ ਤਰ੍ਹਾਂ ਦੇ ਸ਼ਸਤਰ ਚਲਾਉਣ, ਖੁੱਲ੍ਹਾ ਜੰਗ ਹੋਵੇ। ਕਹਿੰਦੇ ਗਏ ਭਾਵੇਂ ਕਿੰਨਾ ਵੀ ਐਸਾ ਹੋ ਜਾਵੇ, ਤਉ ਤਨ ਏਕ ਨਾ ਲਾਗਨ ਪਾਵੇ, ਫਿਰ ਵੀ ਇੱਕ ਵੀ ਤਨ ਨੂੰ ਨਹੀਂ ਲੱਗਦਾ ਜੇ ਪਰਮੇਸ਼ਰ ਦੀ ਕਿਰਪਾ ਹੋਵੇ। ਪਰਮੇਸ਼ਰ ਐਸੀ ਕਿਰਪਾ ਕਰਦਾ ਹੈ ਭਾਵੇਂ ਚਲਾਉਣ ਵਾਲੇ ਹਜ਼ਾਰਾਂ ਲੱਖਾਂ ਕਿਉਂ ਨਾ ਹੋਣ, ਪਰ ਜਦੋਂ ਗੁਰੂ ਨੇ ਪਰਮੇਸ਼ਰ ਨੇ ਬਚਾਉਣਾ ਹੈ, ਉਹਨੇ ਫਿਰ ਵੀ ਬਚਾ ਲੈਣਾ, ਉਹਦੇ 'ਤੇ ਇੱਕ ਵੀ ਨਹੀਂ ਲੱਗਦਾ। ਦੇਖੋ ਇੱਥੇ ਇਹ ਗੱਲ ਹੈ, ਇਨ ਟੂਡੇਸ ਵਰਲਡ ਵੀ ਆਰ ਫੇਸਿੰਗ ਵਿਦ ਆਲ ਆਫ ਚੈਲੇਂਜਸ, ਚੈਲੇਂਜਸ ਇਨ ਦਾ ਫਾਈਨੈਂਸ਼ੀਅਲ ਵਰਲਡ, ਹਾਂਜੀ ਚੈਲੇਂਜਸ ਇਨ ਦਾ ਇਕੋਨੋਮਿਕਲ ਵਰਲਡ, ਕਹਿੰਦੇ ਕਿੰਨੀਆਂ ਹੀ ਚੀਜ਼ਾਂ ਚੈਲੇਂਜਸ ਆਉਂਦੀਆਂ ਨੇ, ਪਰ ਇਹ ਗੱਲ ਕਿਤੇ ਨਾ ਭੁੱਲਿਓ, ਤੋ ਤਨ ਏਕ ਨਾ ਲਾਗਣ ਪਾਵੈ। ਭਾਵੇਂ ਕਿੰਨਾ ਮਰਜ਼ੀ ਕੋਈ ਤੁਹਾਡੇ ਅਗੇਂਸਟ ਹੋ ਜਾਵੇ, ਕਿੰਨਾ ਮਰਜ਼ੀ ਜਿਹੜਾ ਹੈ ਉਹ ਸਿਸਟਮ ਤੁਹਾਡੇ ਅਗੇਂਸਟ ਹੋ ਜਾਵੇ, ਕਹਿੰਦੇ ਬਚਾਉਣ ਵਾਲਾ ਹਮੇਸ਼ਾ ਹੀ ਵੱਡਾ ਹੈ। ਰਿਮੈਂਬਰ ਵਨ ਥਿੰਗ, ਹੂ ਐਵਰ ਯੋਰ ਦੁਸ਼ਮਣ ਕੈਨ ਬੀ, ਵਟ ਐਵਰ ਚੈਲੇਂਜਸ ਯੂ ਕੈਨ ਸੀ ਇਨ ਦਾ ਵਰਲਡ, ਰਿਮੈਂਬਰ ਓਨਲੀ ਵਨ ਥਿੰਗ, ਪਰਮੇਸ਼ਰ ਉਹਦੇ ਨਾਲੋਂ ਵੱਡਾ। ਦੈਟਸ ਗੁੱਡ ਇਨਫ ਫੋਰ ਯੂ, ਦੈਟਸ ਗੁੱਡ ਇਨਫ ਫੋਰ ਯੂ ਟੂ ਸਰਵਾਈਵ, ਬਿਕੋਜ਼ ਬਚਾਉਣ ਵਾਲਾ ਹਮੇਸ਼ਾ ਹੀ ਵੱਡਾ ਹੈ। ਰਾਖਤ ਹੈ ਆਪਣੋ ਕਰ ਦੈ ਕਰ, ਕਹਿਣ ਲੱਗੇ ਪਰਮੇਸ਼ਰ ਆਪਾਂ ਨੂੰ ਕਿਵੇਂ ਬਚਾਉਂਦਾ ਹੈ ਜੀ? ਕਹਿੰਦੇ ਉਹ ਬਚਾਉਂਦਾ ਇਹ ਨਹੀਂ ਵੀ ਕਿਸੇ ਨੂੰ ਭੇਜ ਦਿੰਦਾ ਜੀ ਬਚਾ ਲਿਆਓ, ਜਦੋਂ ਸਿੱਖ ਨੂੰ ਲੋੜ ਪੈਂਦੀ ਹੈ, ਭਾਈ ਮੰਝ ਨੂੰ ਲੋੜ ਪੈਂਦੀ ਹੈ, ਗੁਰੂ ਅਰਜਨ ਦੇਵ ਜੀ ਰਸਾ ਚੱਕ ਕੇ ਆਪ ਨੰਗੇ ਚਰਨੀ 'ਚ ਭੱਜਦੇ ਹਨ ਖੂਹ ਵੱਲ, ਕਹਿੰਦੇ ਗੁਰੂ ਆਪ ਭੱਜ ਕੇ ਜਾਂਦਾ ਬਚਾਉਣ ਵਾਸਤੇ, ਫਿਰ ਉਹ ਆਲਾ ਦੁਆਲਾ ਨਹੀਂ ਦੇਖਦਾ, ਕਹਿੰਦੇ ਹੱਥ ਦੇ ਕੇ ਬਚਾਉਂਦਾ ਹੈ ਜੀ। ਪਾਪ ਸਬੂਹ ਨਾ ਭੇਟਣ ਪਾਵੇ, ਕਹਿਣ ਲੱਗੇ ਸਿੰਨੇ ਵੀ ਪਾਪ ਨੇ ਦੁਨੀਆਂ ਦੇ, ਉਹ ਕਿਤੇ ਨੇੜੇ ਵੀ ਨਹੀਂ ਲੱਗਦੇ, ਮੱਥੇ ਵੀ ਨਹੀਂ ਲੱਗਦੇ ਜੀ, ਉਹ ਕਿਤੇ ਨੇੜੇ ਨਹੀਂ ਲੱਗਦੇ ਜੀ, ਲੱਗਣੇ ਤਾਂ ਬਹੁਤ ਦੂਰ ਦੀ ਗੱਲ ਆ, ਪਰ ਉਹ ਨੇੜੇ ਵੀ ਨਹੀਂ ਆਉਂਦੇ ਜੀ, ਮੱਥੇ ਵੀ ਨਹੀਂ ਲੱਗਦੇ। ਕਹਿਣ ਲੱਗੇ ਉਹ ਪਾਪ ਜਿਹੜੇ ਨੇ ਬਹੁਤ ਦੂਰ ਦੂਰ ਰਹਿੰਦੇ ਨੇ, ਗੁਰੂ ਐਸਾ ਕਿਰਪਾਲੂ ਹੈ ਜੀ। ਔਰ ਕੀ ਬਾਤ ਕਹਾ ਕਹਿ ਤੋ ਸੋ, ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਹੋਰਾਂ ਦੀ ਗੱਲ ਤੁਹਾਡੇ ਨਾਲ ਕੀ ਕਰਾਂ, ਮੈਂ ਤੁਹਾਨੂੰ ਹੋਰ ਕੀ ਦੱਸਾਂ, ਤੁਹਾਨੂੰ ਭਰੋਸਾ ਦੇਣ ਵਾਸਤੇ, ਟੂ ਗਿਵ ਯੂ ਫੇਥ, ਟੂ ਮੇਕ ਯੂ ਬਿਲੀਵ ਇਨ ਵਾਟ ਆਈ ਐਮ ਸੇਇੰਗ ਟੂ ਯੂ ਟੂਡੇ,
ਮੈਂ ਤੁਹਾਨੂੰ ਹੋਰ ਇਸ ਤੋਂ ਵੱਧ ਕੀ ਦੱਸਾਂ ਜੀ। ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਉਹ ਪਰਮੇਸ਼ਰ ਪੇਟ ਦੇ ਵਿੱਚ, ਮਾਤਾ ਦੀ ਵੁੰਬ ਦੇ ਵਿੱਚ, ਮਾਤਾ ਦੇ ਜਿਹੜੇ ਹਨ ਅੰਦਰ ਢਿੱਡ ਦੇ ਵਿੱਚ, ਕਹਿੰਦੇ ਉਹ ਪਰਮੇਸ਼ਰ ਉਹ ਪਰਦਾ ਜਿਹੜਾ ਹੁੰਦਾ ਹੈ, ਉਹ ਪਰਦੇ ਦੇ ਵਿੱਚ ਜਿਹੜੇ ਹਨ ਬੱਚੇ ਨੂੰ ਬਚਾਉਂਦੇ ਹਨ। ਕਹਿਣਗੇ ਉਹ ਪਰਮੇਸ਼ਰ ਜਿਹੜਾ ਹੈ, ਜਦੋਂ ਤੂੰ ਮਾਤਾ ਦੀ ਪੇਟ ਵਿੱਚ ਸੀਗਾ, ਮਾਤਾ ਦੀ ਕੁੱਖ ਦੇ ਵਿੱਚ ਸੀਗਾ, ਕਹਿੰਦੇ ਉਹ ਛੋਟਾ ਜਿਹਾ ਪਰਦਾ ਹੁੰਦਾ ਹੈ ਜਿਹਦੇ ਵਿੱਚ ਉਹ ਬੱਚਾ ਪਲਦਾ ਹੈ, ਕਹਿੰਦੇ ਬਸ ਉਹਦੇ ਵਿੱਚ ਵੀ ਤੈਨੂੰ ਬਚਾਉਂਦਾ ਹੈ। ਮੈਂ ਹੋਰ ਕੀ ਗੱਲ ਤੁਹਾਨੂੰ ਦੱਸਾਂ, ਦੇਖੋ ਗੁਰੂ ਗੋਬਿੰਦ ਸਿੰਘ ਬਾਣੀ ਵਿਲ ਗਿਵ ਯੂ ਦਾ ਫੈਕਟ ਐਂਡ ਹੀ ਵਿਲ ਕਨਵਿੰਸ ਯੂ ਅਬਾਊਟ ਦਾ ਟਰੂਥ ਵਿਚ ਹੀ ਡਜ਼ਨਟ ਹੈਵ ਟੂ ਡੂ, ਹੀ ਇਜ਼ ਨੋਟ ਓਬਲਾਈਜ਼ ਟੂ ਡੂ, ਬਟ ਹੀ ਇਜ਼ ਡੂਇੰਗ ਇਟ ਬਿਕੋਜ਼ ਹੀ ਲਵਸ ਯੂ, ਬਿਕੋਜ਼ ਹੀ ਵਾਂਟਸ ਯੂ ਟੂ ਫੀਲ ਦਾ ਪਾਵਰ ਆਫ ਪਰਮਾਤਮਾ, ਹੀ ਵਾਂਟਸ ਯੂ ਟੂ ਫੀਲ ਦਾ ਸੁਪਰੀਮ ਪਾਵਰ ਵਿਦਇਨ ਦਾ ਇੰਟਾਇਰ ਵਰਲਡ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇਖੋ ਆਪਣੇ ਸਮੇਂ ਵਿੱਚ ਸਿੱਖਾਂ ਨੂੰ ਖਾਲਸਾ ਬਣਾਇਆ, ਪਰ ਯਾਦ ਰੱਖਣਾ ਸਿੱਖ ਇਜ਼ ਦਾ ਓਨਲੀ ਰਿਲੀਜਨ ਵਿਚ ਇਜ਼ ਸਰਵਾਈਵਿੰਗ ਅੰਟਿਲ ਟੂਡੇ ਵਿਦ ਦਾ ਓਰੀਜਨਲ ਟੀਚਿੰਗਸ ਆਫ ਦਿਆ ਗੁਰੂ, ਇਜ਼ ਦਾ ਓਨਲੀ ਵਨ, ਐਂਡ ਨਥਿੰਗ ਕੈਨ ਚੇਂਜ ਅ ਸਿੱਖ ਔਰ ਅ ਖਾਲਸਾ ਬਿਕੋਸ ਯੂ ਹੈਵ ਅ ਪਰਫੈਕਟ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸੋ ਇੰਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਮਾਂ ਹੋ ਗਿਆ ਜੀ, ਆਪਾਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਰਾਖਤ ਹੈ ਆਪਣੋ ਕਰ ਦੈ ਕਰ, ਪਾਪ ਸਭੋ ਨਾ ਪੇਟਣ ਪਾਵੈ, ਔਰ ਕੀ ਬਾਤ ਕਹਾ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਅਖੀਰਲੀ ਬੇਨਤੀ ਹੈ, ਵੀ ਆਰ ਲਾਂਚਿੰਗ ਐਕਸਜੀਸਿਸ ਆਫ ਅਕਾਲ ਉਸਤਤ ਜਾਂ ਅਕਾਲ ਉਸਤਤ ਸਟੀਕ। ਇਹ ਕਿਤਾਬ ਅੱਜ ਆਪ ਜੀ ਦੇ ਹਜ਼ੂਰੀ ਵਿੱਚ ਅਸੀਂ ਬੇਨਤੀ ਕਰਨ ਆਏ ਹਾਂ, ਦੈਟ ਦਿਸ ਇਜ ਵੀ ਹੈਵ ਲਾਂਚਿੰਗ ਟੂਡੇ ਔਨ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਦਿਹਾੜਾ। ਇਨ ਦਿਸ ਬੁੱਕ ਯੂ ਵਿਲ ਫਾਈਂਡ ਦਾ ਮੂਲ ਪਾਠ ਬੇਸ ਔਨ ਬਾਬਾ ਦੀਪ ਸਿੰਘ ਸਗੁਟਕਾ, ਅਕਾਲ ਉਸਤਤ ਦਾ ਜਿਹੜਾ ਪਾਠ ਹੈ ਬੇਸ ਔਨ ਬਾਬਾ ਦੀਪ ਸਿੰਘ ਸਗੁਟਕਾ। ਦੂਸਰਾ ਹੈ, ਇਸ ਦੇ ਵਿੱਚ ਖਾਸ ਪੱਤਰੇ ਹਨ, ਵੀ ਹੈਵ ਮੈਂਸ਼ਨ ਅਬਾਊਟ ਗੁਰੂ ਗੋਬਿੰਦ ਸਿੰਘ ਰਾਈਟਿੰਗ ਦ ਕੰਪਲੀਟ ਦਸਮ ਗ੍ਰੰਥ। ਸੋ ਕੰਪਲੀਟ ਦਸਮ ਗ੍ਰੰਥ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਹੱਥੀਂ ਲਿਖਿਆ, ਉਹਦੇ ਕੁਝ ਕੁ ਖਾਸ ਪੱਤਰੇ ਇਹਦੇ ਵਿੱਚ ਦਿੱਤੇ ਹਨ, ਵਿਚ ਇਜ਼ ਦ ਪ੍ਰਿੰਟਡ ਫੋਰ ਦ ਫਸਟ ਟਾਈਮ ਇਨ ਦ ਵਰਲਡ, ਇਟ ਹੈਜ਼ ਨੈਵਰ ਬੀਨ ਪ੍ਰਿੰਟਡ ਬਿਫੋਰ, ਇਸ ਦ ਫਿਊ ਫੋਟੋਗ੍ਰਾਫ ਇਜ਼ ਗਿਵਨ ਹੇਅਰ, ਐਂਡ ਈਵਨ ਦੇ ਸ਼ਿਵਾ ਬਰਮੋਏ ਹੈ ਇਸ ਰਿਟਨ ਬਾਈ ਗੁਰੂ ਗੋਬਿੰਦ ਸਿੰਘ ਜੀ ਇਨ ਇਸ ਓਨ ਵੈਰੀ ਓਨ ਹੈਂਡ ਰਾਈਟਿੰਗ। ਦ ਫੋਟੋਗ੍ਰਾਫ ਇਜ਼ ਹੇਅਰ, ਯੂ ਕੈਨ ਹੈਵ ਅ ਲੁੱਕ ਐਟ ਇਟ। ਐਂਡ ਦਿਸ ਬੁੱਕ ਕੰਟੇਨਸ ਓਵਰ 70 ਨੋਟਸ, ਫੁੱਟ ਨੋਟਸ ਅਬਾਊਟ ਵੇਰੀਅਸ ਸਬਜੈਕਟਸ, ਵਟ ਇਜ਼ ਆਤਮਾ, ਅਬਾਊਟ ਵਟ ਇਜ਼ ਮਾਇਆ, ਭਰਮ ਕੀ ਹੈ, ਉਹ ਸਾਰੀਆਂ ਜਿਹੜੀਆਂ ਟੋਪਿਕਸ ਹਨ ਉਹਦਾ ਵੇਰਵਾ ਦਿੱਤਾ ਗਿਆ ਹੈ। ਦੂਜਾ, ਇਹਦੇ ਵਿੱਚ ਫੋਟੋਗ੍ਰਾਫ ਦਿੱਤੇ ਗਏ ਹਨ ਜਿਹੜੇ ਪੋਰਟਰੇਟ ਪੇਂਟਡ ਡਿਊਰਿੰਗ ਗੁਰੂ ਗੋਬਿੰਦ ਸਿੰਘ ਟਾਈਮ। ਸੋ ਉਹ ਜਿਹੜੀਆਂ ਹਨ ਪੇਂਟਿੰਗਸ ਵੀ ਫਰੋਮ ਅਵਰ ਯੰਗ ਏਜ ਟੂ ਓਲਡਰ ਏਜ, ਸਾਰੀ ਫੋਟੋਗ੍ਰਾਫ ਦਿੱਤੇ ਗਏ ਹਨ। ਐਟ ਦੀ ਐਂਡ ਵੀ ਹੈਵ ਦ ਗੁਟਕਾ ਆਫ ਭਾਈ ਪਰਮ ਸਿੰਘ, ਹੂ ਵਾਸ ਦ ਗੜਵਈ ਸਿੰਘ ਆਫ ਗੁਰੂ ਗੋਬਿੰਦ ਸਿੰਘ ਜੀ, ਹੂ ਯੂਜ਼ ਟੂ ਰੀਡ ਗੁਰਬਾਣੀ ਨਿਤਨੇਮ ਡੇਲੀ ਟੂ ਗੁਰੂ ਗੋਬਿੰਦ ਸਿੰਘ ਡੂਰਿੰਗ ਹਿਸ ਸਟੇ ਇਨ ਹਜ਼ੂਰ ਸਾਹਿਬ। ਸੋ ਉਹਨਾਂ ਦਾ ਇਹ ਗੁਟਕੇ ਦੇ ਵਿੱਚ ਜਿਹੜੀ ਅਕਾਲ ਉਸਤਤ ਆਉਂਦੀ ਹੈ ਉਸਦਾ ਜਿਹੜਾ ਹੈ ਪੂਰੇ ਫੋਟੋਗ੍ਰਾਫ ਔਨ ਈਚ ਪੇਜ ਦਾ ਫੋਟੋਗ੍ਰਾਫ ਇਹਦੇ ਵਿੱਚ ਹੈ। ਬਾਬਾ ਦੀਪ ਸਿੰਘ ਦੇ ਗੁਟਕੇ ਦਾ ਹੈ, ਬਾਬਾ ਜੀਤ ਸਿੰਘ ਦਾ ਹੈ, ਜਿੰਨੇ ਵੀ ਪੁਰਾਤਨ ਜਿਹੜੇ ਹਨ ਗੁਟਕੇ ਹਨ ਉਹਨਾਂ ਦਾ ਵੀ ਸਾਰਾ ਦਿੱਤਾ ਹੋਇਆ ਹੈ। ਐਂਡ ਦੈਨ ਵੀ ਹੈਵ ਗੋਟ ਅ ਕੰਪੈਰੀਜ਼ਨ ਟੇਬਲ, ਉਹ ਜਿਹੜੇ ਪਾਠ ਭੇਦ ਨੇ, ਦ ਡਿਫਰੈਂਸ ਇਨ ਪਾਠ ਫਰੋਮ ਦ ਸਰੂਪ ਦੈਟ ਵਾਸ ਰਿਟਨ ਇਨ 1695, ਦ ਸਰੂਪ ਵਿਚ ਇਜ਼ ਡੇਟਡ 1698, ਐਂਡ ਦੈਨ ਬਾਬਾ ਦੀਪ ਸਿੰਘ ਗੁਟਕਾ, ਭਾਈ ਪਰਮ ਸਿੰਘ ਗੁਟਕਾ, ਉਹਨਾਂ ਦਾ ਵੀ ਵੇਰਵਾ ਦਿੱਤਾ ਗਿਆ ਹੈ। ਸੋ ਦਿਸ ਬੁੱਕ ਇਜ਼ ਨੋਟ ਜਸਟ ਅ ਬੁੱਕ, ਇਜ਼ ਅ ਰੈਫਰੈਂਸ ਦੈਟ ਯੂ ਨੀਡ ਟੂ ਕੀਪ ਐਟ ਹੋਮ ਫੋਰ ਯੋਰ ਫਿਊਚਰ ਜਨਰੇਸ਼ਨਸ, ਇਟ ਕੰਟੇਨਸ ਐਵਰੀਥਿੰਗ ਦੈਟ ਯੂ ਨੀਡ ਟੂ ਨੋ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ, ਮਹਾਰਾਜ ਨੇ ਆਪ ਇਹ ਕਾਰਜ ਕੀਤੇ ਨੇ, ਉਹ ਆਪੇ ਕਰਨ ਵਾਲੇ ਨੇ। ਸੋ ਜਿੰਨੀਆਂ ਵੀ ਭੁੱਲਾਂ ਚੁੱਕਾਂ ਹੋਈਆਂ ਉਹਦੀ ਮਾਫ਼ੀ ਦੇ ਦੇਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।